ਸਭ ਤੋਂ ਪਹਿਲਾਂ ਪ੍ਰੋਗਰਾਮ ਅੱਜ ਦਾ ਮੁੱਦਾ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਹਰਵਿੰਦਰ ਰਿਆੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਰੋਜ਼ ਨਵੇਂ ਵਿਸ਼ਿਆਂ ਦੇ ਉੱਤੇ ਚਰਚਾ ਜਿਹੜੀ ਹੈ ਉਹ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਈਦਾ। ਅੱਜ ਮੈਂ ਕੁਛ ਪ੍ਰਵਾਸੀਆਂ ਦੇ ਬਾਰੇ 'ਚ ਗੱਲ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਵਾਸੀ ਜਿਹੜੇ ਨੇ ਉਹ ਇਸ ਅਦਾਰੇ ਨਾਲ, ਇਸ ਚੈਨਲ ਦੇ ਨਾਲ ਔਰ ਸਾਡੇ ਨਾਲ ਖਾਸ ਤੌਰ ਦੇ ਉੱਤੇ ਜੁੜੇ ਹੋਏ ਨੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਵੱਡੇ ਪੱਧਰ ਦੇ ਉੱਤੇ ਪਹਿਲਾਂ ਪ੍ਰਵਾਸ ਕਰਨ ਦੇ ਵਿੱਚ ਜਿਹੜਾ ਦੁਆਬਾ ਹੈ ਉਹ ਮੋਹਰੀ ਰਿਹਾ UK, ਕੈਨੇਡਾ ਅਤੇ ਫਿਰ ਉਸ ਤੋਂ ਬਾਅਦ ਅਮੈਰੀਕਾ, ਅਤੇ ਅੱਜ ਕੱਲ੍ਹ ਜਿਹੜੇ ਮੈਂ ਸਮਝਾਂਗਾ ਕਿ ਹੋਰ ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਫਿਰ ਹੋਰ ਸ਼ਿਰਕਤ ਹੋ ਰਹੀ ਹੈ। ਬੇਰੁਜ਼ਗਾਰੀ ਦੇ ਮਾਰੇ ਝੰਬੇ ਲੋਕ ਜਿਹੜੇ ਨੇ ਉਹ ਵੱਡੇ ਖਰਚੇ ਕਰਕੇ, ਚਾਹੇ ਅੱਜ ਦੀ ਤਰੀਕ ਦੇ ਵਿੱਚ ਸਟੂਡੈਂਟ ਵਰਗ ਜਿਹੜਾ ਹੈ ਉਹ ਸਟੂਡੈਂਟ ਦੇ ਤੌਰ ਦੇ ਉੱਤੇ ਵੀ ਆ ਰਿਹਾ। ਪ੍ਰਵਾਸ ਨੇ ਪੰਜਾਬੀਆਂ ਨੂੰ ਬਹੁਤ ਵੱਡਾ ਹੁਲਾਰਾ ਅਤੇ ਹੁੰਗਾਰਾ ਦਿੱਤਾ। ਪਿਛਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਗੁਜਰਾਤ ਦੀ ਤਰਜ਼ ਦੇ ਉੱਤੇ ਦੇਖੀਏ ਤਾਂ ਗੁਜਰਾਤ ਦੀ ਸਰਕਾਰ ਨੇ, ਚਾਹੇ ਉਹ ਨਰਿੰਦਰ ਮੋਦੀ ਪਹਿਲਾਂ ਮੁੱਖ ਮੰਤਰੀ ਰਹੇ ਜਾਂ ਉਹਨਾਂ ਦੀ ਪਾਰਟੀ ਦੀ ਸਰਕਾਰ ਦੇ ਹੋਰ ਨੁਮਾਇੰਦੇ ਜਿਹੜੇ ਨੇ ਉੱਥੇ ਦੀ ਸੂਬਾ ਸਰਕਾਰ ਨੂੰ ਚਲਾ ਰਹੇ ਨੇ, ਉਹਨਾਂ ਨੇ ਆਪਣੇ ਜਿਹੜੇ NRI ਲੋਕ ਨੇ, ਜਿਹੜੇ ਪ੍ਰਵਾਸੀ ਲੋਕ ਨੇ, ਉਹਨਾਂ ਵਾਸਤੇ ਇੱਕ ਤਾਂ ਸਿਸਟਮ ਬੜਾ ਸੌਖਾ ਕੀਤਾ ਉੱਥੇ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਇਹ ਗੱਲ ਕਹਿ ਦਈਏ ਕਿ ਪ੍ਰਵਾਸ ਤੋਂ ਗਏ ਲੋਕ ਜਿਹੜੇ ਨੇ, ਵਿਦੇਸ਼ ਤੋਂ ਗਏ ਲੋਕ ਜਿਹੜੇ ਨੇ, ਉਹ ਕੋਈ VIP ਨੇ। ਨਹੀਂ, ਇਹਨਾਂ ਮੁਲਕਾਂ ਦੇ ਵਿੱਚ ਜਿਸ ਢੰਗ ਦੇ ਨਾਲ ਉਹ ਵਿਚਰਦੇ ਸਨ, ਇਹਨਾਂ ਮੁਲਕਾਂ ਦੇ ਵਿੱਚ ਜਿਸ ਢੰਗ ਦੇ ਨਾਲ ਸਿਸਟਮ ਚੱਲਦਾ, ਉਸ ਤਰਜ਼ ਦੇ ਉੱਤੇ ਕੁਛ ਨਾ ਕੁਛ ਪ੍ਰਵਾਸੀਆਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਦਿਖਾਉਣ ਵਾਸਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਉੱਥੇ ਥੋੜ੍ਹਾ ਵਾਲਾ ਜਿਹੜਾ ਸੀ ਉਹ ਸੁੱਖ ਇਸ ਕਰਕੇ ਆਇਆ। ਉਹਦਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਪ੍ਰਵਾਸੀ ਜਿਹੜੇ ਨੇ ਉਹ ਚਾਹੇ ਸਿੱਧੇ ਰੂਪ ਦੇ ਵਿੱਚ ਚਾਹੇ ਅਸਿੱਧੇ ਰੂਪ ਦੇ ਵਿੱਚ ਉਹ ਆਪਣੀ ਸਟੇਟ ਦੇ ਵਿੱਚ ਨਿਵੇਸ਼ ਕਰਦੇ ਨੇ। ਜੇਕਰ ਪੰਜਾਬ ਦੇ ਵਿੱਚ ਹੋਰ ਕੁਝ ਵੀ ਨਾ ਲਾ ਲਿਆ ਜਾਵੇ ਤਾਂ ਮੈਂ ਇੱਕ ਗੱਲ ਕਰਾਂਗਾ ਕਿ ਪਿੰਡਾਂ ਦੇ ਵਿੱਚ ਵੱਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖਿਆ ਹੋਏਗਾ ਕਿ ਸੋਹਣੇ ਪੱਕੇ ਮਕਾਨ, ਕੋਠੀਆਂ ਪ੍ਰਵਾਸੀਆਂ ਨੇ ਜਿਹੜੀਆਂ ਨੇ ਉਹ ਬਣਾਈਆਂ। ਜਿਨ੍ਹਾਂ ਦੇ ਪਿੰਡਾਂ ਦੇ ਅੰਦਰਲੇ ਪਾਸੇ ਘਰ ਸਨ ਉਹਨਾਂ ਨੇ ਆਪਣੇ ਘਰਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਜਿਹੜਾ ਸੀ ਉਹ ਬਣਾਇਆ। ਮਤਲਬ ਕਿ ਪ੍ਰਦੇਸ਼ ਦੇ ਵਿੱਚ ਰਹਿੰਦਾ ਹੋਇਆ NRI ਪ੍ਰਦੇਸੀ ਜਿਹੜਾ ਉਹ ਬਿਲਕੁਲ ਆਪਣੀ ਧਰਤੀ ਨੂੰ ਨਹੀਂ ਭੁੱਲ ਸਕਿਆ, ਉਹ ਬਿਲਕੁਲ ਆਪਣੇ ਪਿਛੋਕੜ ਨੂੰ ਨਹੀਂ ਭੁੱਲ ਸਕਿਆ। ਉਸ ਦੇ ਕਿਤੇ ਨਾ ਕਿਤੇ 5-10 ਦਿਨੀ ਆਪਣੇ ਮਕਾਨ, ਘਰ, ਵਾਰ, ਇੱਟਾਂ, ਕੰਧਾਂ, ਉਹਨਾਂ ਦਾ ਖਿਆਲ, ਚਿੱਤ ਚੇਤਾ ਜਿਹੜਾ ਉਹ ਆਪਣੇ ਦਿਮਾਗ ਦੇ ਵਿੱਚ ਆ ਜਾਂਦਾ। ਫਰਜ਼ ਇਹ ਬਣਦਾ ਕਿ ਸੂਬਾ ਸਰਕਾਰ ਜਿਹੜੀ ਹੈ ਕੋਈ ਰਿਸਪੈਕਟੇਬਲ ਮਾਹੌਲ ਤਿਆਰ ਕਰੇ, ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਆਈ ਹੈ ਉਸ ਦੇ ਵਿੱਚ ਮੈਂ ਸਮਝਾਂਗਾ ਕਿ ਚੋਣ ਤੋਂ ਪਹਿਲਾਂ ਜਿਸ ਢੰਗ ਦੇ ਨਾਲ ਕੁਝ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਦਾ ਵੀ ਵਿਰੋਧ ਕੀਤਾ, ਕੈਪਟਨ ਸਾਹਿਬ ਉਹਨੂੰ ਆਪਣੇ ਬਹੁਤ ਹੀ ਡੂੰਘੇ ਹਿਰਦੇ ਦੇ ਵਿੱਚ ਸਮੁੱਚੇ ਪ੍ਰਵਾਸੀਆਂ ਨਾਲ, ਸਮੁੱਚੇ ਪ੍ਰਦੇਸੀਆਂ ਦੇ ਨਾਲ ਇੱਕ ਮੈਂ ਸਮਝਾਂਗਾ ਕਿ ਖੁੰਦਕ ਦੇ ਨਜ਼ਰੀਏ ਤੋਂ ਉਹ ਲੈ ਗਏ। ਭਾਵੇਂ ਕਿ ਅੱਜ ਦੀ ਤਰੀਕ ਦੇ ਵਿੱਚ ਕਾਂਗਰਸੀ ਲੋਕ ਜਿਹੜੇ ਅੱਜ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਮੈਂ ਸਮਝਾਂਗਾ ਕਿ ਕਾਂਗਰਸ ਦੀ ਤੂਤੀ ਵਜਾ ਰਹੇ ਨੇ, ਉਹ ਇਹ ਗੱਲ ਕਰਦੇ ਨੇ ਕਿ ਨਹੀਂ ਐਸੀ ਕੋਈ ਗੱਲ ਨਹੀਂ ਹੈ, ਕੁਝ ਲੋਕਾਂ ਨਾਲ ਹੈ, ਪਰ ਮੁੱਖ ਮੰਤਰੀ ਸਾਹਿਬ ਦੀ ਜਾਂ ਉਹਨਾਂ ਦੀ ਕੈਬਨਿਟ ਦੀ ਕੋਈ ਵੀ ਪ੍ਰਵਾਸੀਆਂ ਦੇ ਨਾਲ ਇਸ ਤਰ੍ਹਾਂ ਦੀ ਖੁੰਦਕ ਨਹੀਂ ਹੈ। ਮੈਂ ਇੱਕ ਗੱਲ ਕਹਾਂਗਾ ਕਿ ਕੈਪਟਨ ਸਰਕਾਰ ਨੇ ਇੱਕ ਨਵਾਂ ਫੈਸਲਾ ਜਿਹੜਾ ਕੀਤਾ ਹੈ ਉਸ ਦੇ ਨਾਲ ਸਭ ਤੋਂ ਵੱਧ ਪ੍ਰਵਾਸੀ ਪ੍ਰਭਾਵਿਤ ਹੋਣਗੇ, ਔਰ ਉਸ ਤੋਂ ਵੱਡੇ ਪੱਧਰ ਦੇ ਉੱਤੇ ਮੈਂ ਕਹਾਂਗਾ ਕਿ ਉਸ ਫੈਸਲੇ ਦੇ ਨਾਲ ਸਧਾਰਨ ਲੋਕ ਜਿਨ੍ਹਾਂ ਦੀ ਨੀਯਤ ਅਤੇ ਨੀਤੀ ਵੀ ਸਾਫ਼ ਹੈ ਉਹ ਵੀ ਪ੍ਰਭਾਵਿਤ ਹੋਣਗੇ। ਕੈਪਟਨ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਵੱਡੇ ਵੱਡੇ ਕਸਬੇ ਜਿੱਥੇ ਪੰਚਾਇਤੀ ਰਾਜ ਹੈ ਜਾਂ ਜਿਹੜੇ ਵੱਡੇ ਵੱਡੇ ਪਿੰਡ ਹੈ, ਜਿਹੜੇ ਉਹ ਪਿੰਡ ਦੀ ਫਿਰਨੀ ਹੈ ਉਸ ਦੇ ਅੰਦਰ ਇੱਕ ਲਾਲ ਲਕੀਰ ਦਾ ਏਰੀਆ ਹੁੰਦਾ ਹੈ ਕਿ ਉਹਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਕੋਈ ਲੋਕ ਰਹਿ ਰਹੇ ਨੇ ਪਿੰਡਾਂ ਦੇ ਵਿੱਚ, ਮਤਲਬ ਮੰਨ ਲਓ ਕਿ ਮੈਂ ਮਾਲਕ ਹੈ ਉਸ ਘਰ ਦਾ, ਮੈਂ ਉਹਦੇ ਉੱਤੇ ਪੈਸਾ ਖਰਚਿਆ, ਆਪਣਾ ਘਰ ਬਣਾਇਆ, ਉਹ ਲਾਲ ਲੀਕ ਦੇ ਅੰਦਰ ਹੈ, ਪਰ ਉਹਦੇ ਉੱਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਜਾਂ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਇਹ ਮਕਾਨ ਦੇ ਦਿੱਤਾ ਕਿ ਤੂੰ ਇਸ ਮਕਾਨ ਦੇ ਵਿੱਚ ਰਹਿ ਲੈ, ਪਰ ਕੈਪਟਨ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜੇ ਰਹਿ ਰਹੇ ਨੇ
ਉਹਨਾਂ ਦੇ ਨਾਵਾਂ ਦੇ ਉੱਤੇ ਉਹਨਾਂ ਮਕਾਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਬਹੁਤ ਜਲਦ ਕਰ ਦਿੱਤੀਆਂ ਜਾਣਗੀਆਂ। ਔਰ ਇਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਾਸ ਹੋ ਗਿਆ ਔਰ ਇਸ ਦਾ ਅਮਲ ਜਿਹੜਾ ਉਹ ਸ਼ੁਰੂ ਹੋ ਗਿਆ। ਇਸ ਦਾ ਅਮਲ ਜਿਹੜਾ ਉਹ ਸ਼ੁਰੂ ਹੋ ਗਿਆ। ਮਿਸਟਰ ਬਾਜਵਾ ਜਿਹੜੇ ਨੇ ਉਹ ਪੰਚਾਇਤੀ ਰਾਜ ਮੰਤਰੀ ਨੇ, ਉਹਨਾਂ ਦੇ ਕੋਲੋਂ ਰਿਕਾਰਡ ਵੀ ਤਲਬ ਕੀਤਾ ਗਿਆ। ਔਰ ਇਹ ਪ੍ਰੈਕਟਿਸ ਜਿਹੜੀ ਹੈ ਕੁਛ ਇਲਾਕੇ ਜਿਹੜੇ ਫਤਿਹਗੜ੍ਹ ਸਾਹਿਬ ਇਲਾਕੇ ਤੋਂ ਸ਼ੁਰੂ ਕੀਤੀ ਗਈ ਇੱਕ ਪ੍ਰੈਕਟੀਕਲ ਕਰਨ ਦੇ ਤੌਰ ਦੇ ਉੱਤੇ। ਔਰ ਸਭ ਤੋਂ ਵੱਡੇ ਪੱਧਰ ਦੇ ਉੱਤੇ ਇਸ ਕੰਮ ਲਈ ਦੁਆਬਾ ਜਿਹੜਾ ਉਹ ਪ੍ਰਭਾਵਿਤ ਹੋਏਗਾ, ਕਿਉਂਕਿ ਦੁਆਬੇ ਦੇ ਜਿਹੜੇ ਪਿੰਡ ਨੇ ਉਹ ਕਸਬੇ ਨੁਮਾ ਔਰ ਸ਼ਹਿਰ ਨੁਮਾ ਵੱਡੇ ਵੱਡੇ ਪਿੰਡ ਨੇ ਔਰ ਉਹਨਾਂ ਦੇ ਵਿੱਚ ਪੰਚਾਇਤਾਂ ਨੇ। ਔਰ ਕੈਪਟਨ ਸਰਕਾਰ ਦੇ ਦੋ ਮਾਣੇ ਨੇ, ਇੱਕ ਤਾਂ ਪ੍ਰਵਾਸੀ ਲੋਕ ਜਿਹੜੇ ਨੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਕਿ ਪ੍ਰਦੇਸ਼ ਦੇ ਵਿੱਚ ਵਸਦੇ ਲੋਕ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਦੇ ਉੱਤੇ ਵੋਟਾਂ ਪਾਈਆਂ। ਔਰ ਕੈਪਟਨ ਦੀ ਫੇਰੀ ਦੇ ਦੌਰਾਨ ਕਈ ਜਥੇਬੰਦੀਆਂ ਜਿਹੜੀਆਂ ਸੀ ਇੱਥੇ, ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ, ਪਰ ਕੈਪਟਨ ਸਾਹਿਬ ਇਹ ਨਹੀਂ ਸਮਝ ਸਕੇ ਕਿ ਉਹ ਜਥੇਬੰਦੀਆਂ ਕੁਝ ਨੇ। ਪਰ ਮਸਲਾ ਇਸ ਗੱਲ ਦਾ ਕਿ ਬਾਕੀ ਸਧਾਰਨ ਲੋਕ ਜਿਹੜੇ ਨੇ, ਜਿਹੜੇ ਕਿਸੇ ਵੀ ਰਾਜਨੀਤਿਕ ਅਪਰੋਚ ਦੇ ਵਿੱਚ ਨਹੀਂ ਆਉਂਦੇ, ਉਹ ਵੀ ਤਾਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਨੇ। ਪਰ ਕੈਪਟਨ ਸਰਕਾਰ ਨੇ ਇਹ ਵੱਡਾ ਫੈਸਲਾ ਕੀਤਾ ਔਰ ਉਹਦੇ ਨਾਲ ਮੈਂ ਸਮਝਾਂਗਾ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਆਪਣੇ ਘਰਾਂ ਨੂੰ ਉਹਨਾਂ ਦੇ ਉੱਤੇ ਪੈਸਾ ਲਾ ਕੇ ਪੱਕਿਆ ਕੇ ਵਧੀਆ ਕਰਕੇ ਆਪਣੇ ਘਰ ਬਾਰ ਜਿਹੜੇ ਨੇ ਉਹ ਵੱਡੇ ਪੱਧਰ ਦੇ ਉੱਤੇ ਸਜਾਵਟੀ ਬਣਾਏ, ਪਰ ਉਹਨਾਂ ਦੀ ਪਿੱਛੇ ਦੇਖਭਾਲ ਵਾਸਤੇ, ਸਾਫ਼ ਸਫਾਈ ਵਾਸਤੇ, ਜਿੱਥੇ ਕੋਈ ਉਹਨਾਂ ਦੀ ਬੋਲ ਚਾਲ ਵਾਲੇ ਨੇ, ਕੁਝ ਕੁ ਦੇ ਰਿਸ਼ਤੇਦਾਰ ਨੇ, ਕੁਝ ਕੁ ਦੇ ਦੋਸਤ ਮਿੱਤਰ ਨੇ, ਉਹਨਾਂ ਨੂੰ ਕਿਹਾ ਕਿ ਤੁਸੀਂ ਆਰਾਮ ਨਾਲ ਇਹਨਾਂ ਘਰਾਂ ਦੇ ਵਿੱਚ ਰਹੋ, ਆਪਣੀ ਸੁਖਤ ਜ਼ਿੰਦਗੀ ਜੀਓ, ਇਹਨਾਂ ਦੀ ਸਾਫ਼ ਸਫਾਈ ਰੱਖੋ। ਔਰ ਜਦੋਂ ਕਿਤੇ ਪ੍ਰਵਾਸੀ ਕੋਈ ਜਾਂਦਾ, ਉਹਨਾਂ ਦੀ ਆਓ ਭਗਤ ਹੁੰਦੀ ਹੈ ਕਿ ਉਸਨੂੰ ਲੱਗਦਾ ਕਿ ਮੇਰੇ ਘਰ ਦੇ ਦਰਵਾਜ਼ੇ ਜਿਹੜੇ ਨੇ ਉਹ ਖੁੱਲ੍ਹੇ ਨੇ। ਪਰ ਕੈਪਟਨ ਸਰਕਾਰ ਨੇ ਇਸ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਸਹਿਮ, ਮਤਲਬ ਕਿ ਜਿਹੜੇ ਲੋਕ ਰਹਿ ਰਹੇ ਨੇ, ਇਹ ਨਹੀਂ ਕਿ ਉਹ ਆਪਣਾ ਕਲੇਮ ਕਰਨਗੇ, ਨਹੀਂ, ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੀ ਸੂਚੀ ਤਿਆਰ ਕਰਕੇ ਲਾਲ ਲੀਕ ਦੇ ਅੰਦਰ ਵਾਲੇ ਸਾਰੀਆਂ ਜਾਇਦਾਦਾਂ ਔਰ ਪ੍ਰਾਪਰਟੀਆਂ, ਘਰ ਜਿਹੜੇ ਨੇ ਉਹ ਕਬਜ਼ਾਕਾਰਾਂ ਦੇ ਨਾਂ ਦੇ ਉੱਤੇ, ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦਾ ਕਬਜ਼ਾ ਔਰ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੀਆਂ ਰਜਿਸਟਰੀਆਂ ਕਰ ਦਿੱਤੀਆਂ ਜਾਣਗੀਆਂ। ਪ੍ਰਵਾਸ ਦੇ ਵਿੱਚ ਰਹਿੰਦੇ ਤੁਸੀਂ ਭਰਾਵੋ, ਤਿਲ ਤਿਲ ਕਰਕੇ ਜਿੰਨੀ ਮਰਜ਼ੀ ਅਸੀਂ ਉੱਥੇ ਗੱਲਾਂ ਕਰੀ ਜਾਈਏ ਇੰਡੀਆ ਦੇ ਵਿੱਚ ਜਾ ਕੇ, ਪਰ ਮਸਲਾ ਤਾਂ ਇਸ ਗੱਲ ਦੀ ਸੱਚਾਈ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਸ਼ੀਨ ਵਾਂਗੂ ਪ੍ਰਵਾਸੀ ਜਿਹੜੇ ਨੇ ਉਹ ਵਗਦੇ ਨੇ, ਕੰਮ ਕਰਦੇ ਨੇ ਔਰ ਮਿਹਨਤ ਦੀ ਜਿਹੜੀ ਆ ਉਹ ਕਮਾਈ ਕਰਦੇ ਨੇ। ਮਿਹਨਤ ਦੀ ਕਮਾਈ ਕਰਕੇ ਜਿੱਥੇ ਇੱਥੇ ਘਰ ਬਣਾਉਂਦੇ ਨੇ, ਉੱਥੇ ਆਪਣੇ ਪਿਛੋਕੜ ਦੇ ਵਿੱਚ ਆਪਣੀਆਂ ਪਗਡੰਡੀਆਂ, ਆਪਣੇ ਪੁਰਾਣੇ ਆਪਣੇ ਪੁਰਖਿਆਂ ਦੇ ਘਰ ਜਿਹੜੇ ਨੇ ਉਹਨਾਂ ਨੂੰ ਸਾਂਭ ਸੰਭਾਲ ਵਾਸਤੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਹੁੰਦਾ ਕਿ ਅਸੀਂ ਉਹਨਾਂ ਨੂੰ ਵੀ ਪੱਕੇ ਰੱਖੀਏ, ਕਿਤੇ ਨਾ ਕਿਤੇ ਤਾਂ ਅਸੀਂ ਜਾਵਾਂਗੇ, ਰਵਾਂਗੇ, ਕੋਈ ਮਹੀਨਾ ਰਹਿੰਦਾ, ਕੋਈ 10 ਦਿਨ ਰਹਿੰਦਾ, ਕੋਈ 2 ਮਹੀਨੇ ਰਹਿੰਦਾ। ਪਰ ਇਹ ਇਕੱਲੇ ਪ੍ਰਵਾਸੀ ਨਹੀਂ ਇਸ ਦੇ ਨਾਲ ਪ੍ਰਭਾਵਿਤ ਹੋਣਗੇ, ਜਿਹੜੇ ਲੋਕ ਰਿਸ਼ਤੇਦਾਰ, ਦੋਸਤ, ਮਿੱਤਰ ਅੰਦਰ ਉਹਨਾਂ ਘਰਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਜਾਇਦਾਦਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਸਾਰਿਆਂ ਦੀ ਕੋਈ ਨੀਅਤ ਜਿਹੜੀ ਆ ਉਹ ਮਾੜੀ ਨਹੀਂ ਹੋਏਗੀ। ਉਹਨਾਂ ਦੇ ਵਿੱਚ ਇੱਕ ਅਮਾਨ ਹੋਏਗਾ ਕਿ ਨਹੀਂ, ਸਾਡੇ ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਨੇ ਸਾਨੂੰ ਇਹ ਮਕਾਨ ਰਹਿਣ ਵਾਸਤੇ ਦਿੱਤਾ, ਪਰ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਇਸ ਦੇ ਉੱਤੇ ਕਬਜ਼ਾ ਕਰੀਏ। ਪਰ ਮਸਲਾ ਇਸ ਗੱਲ ਦਾ ਕਿ ਉਹ ਕਹਿੰਦੇ ਹੁੰਦੇ ਕਿ ਲੱਸੀ, ਦੁੱਧ ਦਾ ਡਰਿਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ, ਕਿਉਂਕਿ ਜਦੋਂ ਇਹ ਗੱਲ ਪਿਛਲੇ ਸਮਿਆਂ ਦੇ ਵਿੱਚ ਬੜੀ ਪਰਪੱਕ ਹੋ ਚੁੱਕੀ ਹੈ ਕਿ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਲੋਕ ਜਾਂਦੇ ਨੇ, ਬਹੁਤੇ ਥਾਵਾਂ ਦੇ ਉੱਤੇ ਇਦਾਂ ਦੇ ਘਟਨਾਕ੍ਰਮ ਹੋਏ ਨੇ ਕਿ ਭਾਈ ਭਾਈਆਂ ਦੇ ਵਿੱਚ ਰਿਸ਼ਤੇ ਇਸ ਕਰਕੇ ਤਿੜਕ ਗਏ, ਜਾਇਦਾਦਾਂ ਅਤੇ ਪੈਸੇ ਨੂੰ ਲੈ ਕੇ। ਪਰ ਕੈਪਟਨ ਸਰਕਾਰ ਨੇ, ਮਤਲਬ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਇਸ ਫੈਸਲੇ ਦੇ ਨਾਲ ਕਿ ਖਾਸ ਤੌਰ ਦੇ ਉੱਤੇ ਵੱਡਾ ਅਸਰ ਪ੍ਰਵਾਸੀਆਂ 'ਤੇ ਪਏਗਾ। ਪ੍ਰਵਾਸੀਆਂ ਨੇ ਆਪਣੇ ਮਕਾਨ ਜਿਹੜੇ ਨੇ, ਕਈਆਂ ਨੇ ਖਾਲੀ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ, ਔਰ ਕਈ ਲੋਕ ਇੱਦਾਂ ਦੇ ਰਹਿੰਦੇ ਨੇ ਕਿ ਜਿਨ੍ਹਾਂ ਕੋਲ ਮਕਾਨ ਨਹੀਂ ਹੈ ਔਰ ਉਹ ਆਪਣੀ ਮਜ਼ਬੂਰੀ ਬਸ, ਉਹ ਕਹਿੰਦੇ ਨੇ ਕਿ ਸਾਨੂੰ ਸਹਾਰਾ ਮਿਲਿਆ ਹੋਇਆ, ਅਸੀਂ ਇਸ ਮਕਾਨ ਦੀ ਸਾਫ਼ ਸਫਾਈ ਕਰਦੇ ਹਾਂ ਔਰ ਇਸ ਦੇ ਵਿੱਚ ਰਹਿੰਦੇ ਉਹ ਪੂਰਾ ਪਰ ਇਸ ਗੱਲ ਦੇ ਡਰੋਂ ਕਿ ਜਦੋਂ ਕਿਸੇ ਲੱਖਾਂ ਰੁਪਈਏ ਦਾ ਮਕਾਨ ਕਿਸੇ ਦੇ ਨਾਮ ਸਰਕਾਰ ਆਪ ਲਾ ਰਹੀ ਹੈ ਅਤੇ ਉਹ ਇਸ ਚੀਜ਼ ਦਾ ਐਡਵਾਂਟੇਜ ਕਿਉਂ ਨਹੀਂ ਲਏਗਾ, ਕਿਉਂਕਿ ਮਸਲਾ ਇਸ ਗੱਲ ਦਾ ਮਜ਼ਬੂਰੀਆਂ ਅਤੇ ਪੈਸੇ ਨੂੰ ਦੇਖ ਕੇ, ਦੋ ਚੀਜ਼ਾਂ ਨਹੀਂ ਮੈਂ ਕਹਾਂਗਾ, ਮਜ਼ਬੂਰੀਆਂ ਅਤੇ ਪੈਸੇ ਨੂੰ ਦੇਖ ਕੇ ਕਿਸ ਦਾ ਅਮਾਨ ਅੱਜ ਉਸ ਮੁਲਕ ਦੇ ਵਿੱਚ ਨਹੀਂ ਡੋਲਦਾ, ਜਿਸ ਮੁਲਕ ਦੇ ਨੇਤਾਵਾਂ ਦੇ ਮਨ ਦੇ ਵਿੱਚ ਖੋਟ ਹੋਵੇ, ਜਿਸ ਮੁਲਕ ਦੀ ਰਾਜਨੀਤੀ ਜਿਹੜੀ ਹੈ ਉਸ ਦੇ ਵਿੱਚ ਬੇਈਮਾਨੀ ਦੀਆਂ ਤੰਦਾਂ ਹੋਣ, ਅਤੇ ਫਿਰ ਇਹ ਅਮਾਨ ਜਿਹੜਾ ਉਹ ਕਿਉਂ ਨਹੀਂ ਡੋਲ ਸਕਦਾ। ਔਰ ਸਭ ਤੋਂ ਵੱਡੀ ਗੱਲ
कि जेड़ा इस तरह के फैसले प्रवासियों के अगेंस्ट आ रहे हैं, उन्होंने जायदादों के उन्होंने मकानों के अगेंस्ट पंजाब स्टेट पंजाब सरकार कर रही है, पर मसला इस गल का कि ना तो इत्थे दी कांग्रेस लीडरशिप ने प्रवास विच वसदी ने उन्होंने आपो ताप पई है, ना तो इत्थे दी कांग्रेस लीडरशिप ने इस मसले नूं उठाया कि यह मसला नहीं विधानसभा दे विच पास होना चाहिए, ये मता नहीं पास होना चाहिए और कैबिनेट की मीटिंग दे विचो इस नूं बाहर कढ़ना चाहिए, क्योंकि प्रवासी जिहड़े ने उन्हां दा बहुत वडमुला अपनी स्टेट लई योगदान है, भावें कि वह किसी पार्टी नाल संबंधित होण, भावें वह अकाली दल नाल संबंधित होण, भावें वह कांग्रेस नाल होण, भावें वह आम आदमी पार्टी नाल संबंधित होण, कैप्टन दे इस फैसले नूं प्रवासियों का मन जिहड़ा वह कदे भी नहीं चाहेगा। और मेरा ख्याल है कि तुहाडा विरोध पास चाहे किसी की जायदाद के कोई बैठा चाहे नहीं बैठा, पर मसला इस गल का कि तुहाडा विरोध पास इस गल के उत्ते जरूर होएगा कि इस ढंग नाल वोटा वटोरन के नवे प्रचंड कि सानू वोटा चाहिए ने प्रवासी जान ठठे खूच, पर मसला इस गल का कि जिस पार्टी की सब तो वड्डी मदद की आर्थिक तौर के उत्ते प्रवासियों ने अपने पेट के विचों एक एक रुपया जिहड़ा अपने बच्चों के हिस्से का कढ़ के उस राजनीतिक पार्टी नूं एक बदलाव के रूप के देखण ले देखण वास्ते ना इस मसले के उत्ते भगवंत मान की स्टेटमेंट आई, ना इस मसले के उत्ते नवे बनाए एल ओ पी हरपाल चीमा की जिंदाबाद मुर्दाबाद उन्हूं करनी आउंदी है, बस उन्नी को करी जांदा जिन्नी कु बोली उहदे कोलों बुलवाउंदे ने। आम आदमी पार्टी विधानसभा च विरोधी धिर दी नेता है, इस मसले दे उत्ते जदों कैबिनेट दी मीटिंग दे विच ये गल हुई है, जदों विधानसभा दे विच ये गल हुई है, प्रवासियों दे हक दे विच आम आदमी पार्टी जिहड़ी है कोई भी राजनीतिक पार्टी बिल्कुल नहीं भुगती, क्योंकि सारे अज दी तरीक दे विच वोटां दे यार बने हुए ने। प्रवासियों नूं विदेशां दे विच आउंदे राजनीतिक लोकां दा किस ढंग दे नाल इस मसले नूं लैके विरोध पास करना चाहिए, जिहड़े असीं हार पाउने आ, जिहड़े असीं लोकां दे कहते रेस्टोरेंटां दे विच सारियां राजनीतिक पार्टियां दे लीडरां नूं पट्ठे पाउण वास्ते जाने आ, उह पट्ठे किवें रोकणे ने, किवें अपना प्रतिक्रम जताउणा, इस दे उत्ते करांगे चर्चा, प्रोग्राम जारी रहेगा। इस तरह मिलदे इक छोटे जिहे ब्रेक तों बाद। दोस्तों मुड़ हाज़र हुए हैं थोड़ी खिदमत दे विच प्रोग्राम अज दा मुद्दा लैके, और मेरे नाल इस वेले प्रवासी पत्रकारी दी एक नामवर शख्सियत जिहड़े कि मैं समझांगा कि प्रवासियों दे पंजाब दी धरती दे उत्ते पाए योगदान बारे भी जानदे ने, और प्रवासियों दे नाल समें समें दे उत्ते सरकारां वल्लों कीतियां होईयां जिहड़ियां भन्न तरीकियां ने, जिहड़ी कि अज ये बहुत वड्डी भन्न तरीकी दी खबर है जिहड़ी कि असीं प्रवासी दोस्तां दे नज़र जरूर करना चाहुंदे सी कि उहनां नूं संभलना जरूर चाहीदा, क्योंकि मेहनत मशक्कत नाल इत्थे पहुंचे आ। और शख्सियत प्रोफेसर गुरविंदर सिंह धालीवाल मेरे नाल इस वेले मौजूद ने। धालीवाल साहब तुहानूं वाहिगुरू जी का खालसा वाहिगुरू जी की फतह। वाहिगुरू जी का खालसा वाहिगुरू जी की फतह। यार साहब तुहाडा ते समूह श्रोतियां दा हार्दिक स्वागत दर्शकां दा। मेहरबानी डॉक्टर साहब, सब तो वड्डी गल है कि जिस भी स्टेट के लोग जड़े ने वो सब तो वध विदेश दे विच हुण मैं समझांगा कि पंजाब गुजरात जड़ा वो इस गल दे विच अज दी तरीक दे विच अमरीका कनेडा दे विच मोहरी रोल रखदा कि उन्हां दी गिणती सब तो वध है बाकी सूबियां दे मुकाबले। गुजरात सरकार जिवें अपने प्रवासियों नूं जां एन आर आईज नूं सहूलतां भी दिंदी है और उन्हां दा आदर माण सत्कार भी करदी है, उन्हां दीआं संपत्तियां जिहड़ियां ने उन्हां नूं सुरक्षित भी रखण दे विच हर एक कोशिश करदी है, पर अज कैप्टन अमरिंदर सिंह होरां दी जदों सरकार बणी है तो मैं समझांगा कि लोकां ने क्यास अराईयां होर कीतियां सी, नतीजे अज होर आ रहे ने। कैप्टन साहब जदों इलैक्शन तो पहला इत्थे आए कनेडा दी तुहाडी धरती दे उत्ते, मेरा ख्याल है कि उन्हां नूं रैली करन दी इजाजत जिहड़ी सरकार ने नहीं दित्ती, कुछ जथेबंदियां नाल रेड़का चल रहा सी, पर न्यूयॉर्क वर्गे शहर दे विच उन्हां ने वड्डा इकट्ठ कीता रैली कीती, पर मसला इस गल दा पर इह तुहाडे शहर दे विच जां उस प्रतिक्रम दे अवजाने दे विच मैं समझांगा कि मुख्यमंत्री बनन तों बाद भी एडे वड्डे रुतबे दे उत्ते होण तों बाद भी प्रवासियों दे नाल किते ना किते मुख्यमंत्री साहब दी जिहड़ी आ उह अंदरों खुंदक जिहड़ी आ उह कुंडी फस गई लगदी है, और अज जिहड़े पिंड कस्बे वड्डे खास तौर दे उत्ते दुआबे दे विच वड्डे वड्डे शहरां वर्गे कस्बे ने, और जिहड़ियां प्रवासियों दे घर घाट जां जायदादां जिहड़ियां लाल लकीर दे अंदर है, क्योंकि इनडायरैक्ट प्रवासियों दे अटैक है,
कि उहदे विच जिहड़े लोग रह रहे ने कैबिनेट ने फैसला किया कि उन्होंने नाम के उत्ते उन्होंने मकानों दी रजिस्ट्रियां कर दित्तियां जाणगियां। तुसीं भावें उहदे उत्ते 15 लख लाया 20 लख लाया अपने चज अचार ने और मैं समझांगा कि एक चाह कि साडा घर भी उत्थे है पर तुहाडे घर जिहड़े ने ऑटोमैटिकली सरकार ने जिहड़े उत्थे रह रहे ने अपनी वोट बैंक नूं पक्का करन लई उहनां नूं नलाम नहीं मुफ्त दे विच उन्हां दे नां ते रजिस्ट्रियां कर देनियां और प्रवासी वास्ते लोगों नूं मिलेगा कैप्टन सरकार दा ठेंगा। इहदे उत्ते की तुहाडा विचार है? दरअसल जिहड़ी गल तुसीं पहलां कीती है कि राजनीतिक लोकां दे अंदर जिहड़ियां इहो जिहियां एक खुंदकी प्रगटावे दीआं सोचां जां एक वैर विरोध दीआं भावनावां नजर आउंदीआं ने जी उन्हां दा इह रूप है। ਤੁਸੀਂ ਦੇਖੋ ਕਿ ਬਾਹਰ ਬੈਠੇ ਲੋਕ ਜਿਹੜੇ ਆਪਣੇ ਰੋਜ਼ੀ ਰੋਟੀ ਦੇ ਲਈ ਜਿਵੇਂ ਜਿਵੇਂ ਬਾਹਰਲੇ ਦੇਸ਼ਾਂ 'ਚ ਗਏ ਨੇ, ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੂੰ ਜਾਣ ਦੀ ਲੋੜ ਕੀ ਸੀ, ਆਪਣੇ ਘਰ ਬਾਰ ਛੱਡਣ ਦੀ ਜ਼ਰੂਰਤ ਕੀ ਸੀ, ਸਵਾਲ ਇਹ ਬਹੁਤ ਵੱਡਾ ਹੈ। ਰਾਈਟ, ਕਿਉਂਕਿ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਛ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੀ ਰੁੱਖ ਹੇਠ ਜਾ ਬਹਿਣਗੇ। ਅਸਲ ਚ ਇਹ ਜਿਹੜੀ ਤ੍ਰਾਸਦੀ ਉਹਨਾਂ ਲੋਕਾਂ ਦੀ ਹੈ ਜਿਹੜੇ ਵਿਦੇਸ਼ਾਂ ਚ ਰੁਲ ਰਹੇ ਨੇ ਰੋਜ਼ੀ ਰੋਟੀ ਲਈ, ਜਿਹਨਾਂ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਕੀ ਕਹਿੰਦੇ ਆ ਕਿ ਆਰੰਭ ਤੋਂ ਸਿਖਰ ਵੱਲ ਨੂੰ ਲਿਜਾਣ ਦਾ ਯਤਨ ਕੀਤਾ, ਜ਼ੀਰੋ ਤੋਂ ਸ਼ੁਰੂ ਹੋ ਕੇ ਸਿਫਰ ਤੋਂ ਸਿਖਰ ਵੱਲ ਨੂੰ, ਮਤਲਬ ਉਜਾੜੇ ਚੋਂ ਉੱਠ ਕੇ ਆਏ ਨੇ, ਉਜਾੜੇ ਚੋਂ ਉੱਠ ਕੇ ਆਏ ਨੇ, ਦੁਬਾਰਾ ਬਸਣ ਦੀ ਗੱਲ ਹੈ। ਜੇ ਕੋਈ ਇਹ ਗੱਲ ਪੁੱਛੇ ਜੀ ਕੀ ਗੱਲ ਤੁਸੀਂ ਬਾਹਰ ਕਿਉਂ ਆਏ ਹੋ, ਜੇ ਸਭ ਕੁਛ ਉੱਥੇ ਠੀਕ ਹੁੰਦਾ ਤਾਂ ਉਹ ਕਿਉਂ ਆਉਂਦੇ? ਇਹਦਾ ਮਤਲਬ ਇਹ ਹੈ ਕਿ ਜਦੋਂ ਚੋਣ ਉਹਨਾਂ ਨੇ ਕੀਤੀ ਇਸੇ ਕਾਰਨ ਹੀ ਕੀਤੀ ਕਿ ਜੋ ਅੱਜ ਅਸੀਂ ਦੇਖਦੇ ਹਾਂ, ਮਿਸਲਨ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਕੀ ਹਾਲ ਮੁਲਕ ਦਾ ਬਣਿਆ ਹੋਇਆ, ਕਿਸ ਤਰ੍ਹਾਂ ਦੇ ਬਿਆਨ ਰਾਜਨੀਤਿਕ ਲੋਕ ਦੇ ਰਹੇ ਨੇ, ਕਿਵੇਂ ਬਲਦੀ ਦੇ ਬੂਥੇ ਚ ਲੋਕਾਂ ਨੂੰ ਮੀਡੀਆ ਦੇ ਰਿਹਾ, ਕਿਵੇਂ ਅੱਗ ਦੇ ਭਾਂਬੜ ਮਚਾਏ ਜਾ ਰਹੇ ਨੇ, ਤੇ ਕਿਸ ਕਿਸਮ ਦਾ ਜਿਹੜਾ ਹਾਲਾਤ ਬਣਾਏ ਜਾ ਰਹੇ ਨੇ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਸਿਆਸਤਦਾਨ ਇਹਨਾਂ ਜਜ਼ਬੇ ਅਤੇ ਭਾਵਨਾਵਾਂ ਦੀਆਂ ਪੌੜੀਆਂ ਤੇ ਚੜ੍ਹ ਕੇ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਉਂਦੇ ਨੇ, ਉਹ ਇਹ ਸਾਡੇ ਸਾਹਮਣੇ ਹੈ। ਜੀ ਜੀ ਜੀ, ਉਹੀ ਖੇਡ ਦੇ ਕਾਰਨ ਬਹੁਤ ਸਾਰੇ ਲੋਕ ਨਾ ਚਾਹੁੰਦੇ ਹੋਏ ਵੀ ਬਾਹਰ ਨੂੰ ਆਏ, ਹੁਣ ਜਦੋਂ ਉਹ ਇੱਥੇ ਆ ਕੇ ਵਸੇ ਉਹਨਾਂ ਦਾ ਜੋ ਆਪਣੇ ਪਿਤਰੀ ਧਰਤੀ ਤੇ ਕੁੱਝ ਨਾ ਕੁੱਝ ਨਾਤਾ ਸੰਬੰਧ ਸੀ, ਉਹ ਨਾਤਾ ਜਾਂ ਤਾਂ ਉਹਨਾਂ ਦੀ ਕੋਈ ਥੋੜੀ ਬਹੁਤੀ ਘਰ ਬਾਰ ਦੀ ਜਿਹੜੀ ਹੈ ਸਾਂਝ ਸੀ, ਜਾਂ ਫਿਰ ਕੋਈ ਜ਼ਮੀਨ ਜਾਇਦਾਦ ਦੀ ਸਾਂਝ ਸੀ। ਜੀ, ਇੱਕ ਤਾਂ ਧੱਕੇ ਨਾਲ ਜਿਹੜੇ ਲੈਂਡ ਮਾਫੀਆ ਭੂ ਮਾਫੀਆ ਉਹ ਜ਼ਬਰਦਸਤੀ ਉਹਨਾਂ ਦੇ ਉੱਪਰ ਜੋ ਤਸ਼ੱਦਦ ਕਰ ਰਿਹਾ ਕਿ ਕਿਵੇਂ ਕਬਜ਼ੇ ਕਰ ਰਿਹਾ, ਕਿਵੇਂ ਉਹਨਾਂ ਤੋਂ ਖੋਹ ਰਿਹਾ, ਕਿਸ ਤਰੀਕੇ ਨਾਲ ਜਿਸ ਦੀ ਸੋਟੀ ਉਸੇ ਦੀ ਮੱਝ, ਉਹ ਕਿਵੇਂ ਕਿਵੇਂ ਉਹਨਾਂ ਦੇ ਉੱਪਰ NRI ਦੇ ਉੱਪਰ ਕਹਾਵਤ ਕਹਿੰਦੇ ਹੁੰਦੇ ਸੀ ਜੀ, ਪ੍ਰਦੇਸ਼ ਦੇ ਵਿੱਚ ਨਾ ਤੇ ਭਾਈਆਂ ਦੇ ਵਿੱਚ ਪਿਆਰ ਹੈ ਨਾ ਫੁੱਲਾਂ ਦੇ ਵਿੱਚ, ਮੈਂ ਕਿਹਾ ਇਹ ਗੱਲ ਉਲਟ ਹੋ ਗਈ ਅੱਜ ਸਾਡੀ ਪਿਤਰੀ ਭੂਮੀ ਦੇ ਉੱਤੇ ਭਾਈਆਂ ਦੇ ਵਿੱਚ ਪਿਆਰ ਨਹੀਂ, ਫੁੱਲਾਂ ਦੇ ਵਿੱਚ ਮੈਂ ਕਿਹਾ ਇਸ ਦੇ ਵਿਪਰੀਤ ਹੈ ਬਿਲਕੁਲ ਜੋ ਤੁਸੀਂ ਦੇਖਦੇ ਹੋ ਜੀ, ਉਲਟ ਜਿਹੜੀ ਗਿਣਤੀ ਇਸ ਤਰ੍ਹਾਂ ਦੀ ਚੱਲ ਰਹੀ ਹੈ। ਉਸ ਤੋਂ ਇਲਾਵਾ ਜਦੋਂ ਅਸੀਂ ਦੂਸਰੀ ਗੱਲ ਕਰਦੇ ਹਾਂ ਕਿ ਇਹੋ ਜਿਹੇ ਜਬਰ ਦੇ ਖਿਲਾਫ ਜੇ ਕਿਸੇ ਨੇ ਇਨਸਾਫ਼ ਦਿਵਾਉਣਾ ਤਾਂ ਉਹ ਸਰਕਾਰ ਹੁੰਦੀ ਹੈ ਜਾਂ ਉਹ ਪ੍ਰਸ਼ਾਸਨ ਹੁੰਦਾ ਹੈ, ਜਿੱਥੇ ਵਾੜੀ ਖੇਤ ਨੂੰ ਖਾ ਰਹੀ ਹੈ। ਹੁਣ ਜਦੋਂ ਇੱਕ ਪਾਸੇ ਤਾਂ ਉਹ ਭੂ ਮਾਫੀਆ ਲੈਂਡ ਮਾਫੀਆ ਸ਼ਰੀਕੇਬਾਜ਼ੀ ਜਾਂ ਜਿਹੜੀ ਇਹੋ ਜਿਹੀ ਤਸ਼ੱਦਦ ਦੀ ਨੀਤੀ ਹੈ ਉਸਦੇ ਆਧਾਰ ਤੇ ਆਪਣੇ ਹੀ ਪੰਜਾਬੀਆਂ ਨੂੰ ਉੱਥੇ ਵੜਨ ਤੋਂ ਰੋਕ ਰਿਹਾ ਜਾਂ ਉਹਨਾਂ ਦੇ ਆਲੇ ਦੁਆਲੇ ਇਹੋ ਜਿਹਾ ਚੱਕਰਵਿਊਹ ਜਿਹੜਾ ਬੁਣ ਰਿਹਾ, ਉੱਥੇ ਸਰਕਾਰ ਉਸ ਦੀ ਹੀ ਬੋਲੀ ਬੋਲ ਰਹੀ ਹੈ, ਉਹ ਵੀ ਸਿੱਧੇ ਤੌਰ ਤੇ ਇਸ ਗੱਲ ਨੂੰ ਅਪਣਾ ਕੇ ਕਿ ਕਿਹੜੇ ਕਿਹੜੇ ਘੁੰਤਰਬਾਜ਼ੀਆਂ ਜਾਂ ਕਿਹੜੇ ਕਿਹੜੇ ਲੂਪ ਹੋਲਸ ਨੇ, ਕਿਹੜੇ ਕਿਹੜੇ ਕਾਨੂੰਨ ਦੇ ਜਿਹੜੇ ਇਹੋ ਜਿਹੇ ਬਰੀਕ ਨੁਕਤੇ ਨੇ ਜਿਹਨਾਂ ਦੀ ਦੁਰਵਰਤੋਂ ਕਰਕੇ ਉਹ ਇਹਨਾਂ ਹੀ ਬੰਦਿਆਂ ਨੂੰ ਇਹਨਾਂ ਦੇ ਘਰ ਬਾਰ ਤੋਂ ਦੂਰ ਕਰ ਸਕੇ। ਸੋ ਜਿੰਨੀ ਜਿਹੜੀ ਗੱਲ ਤੁਸੀਂ ਕਹੀ ਹੈ ਉਹ ਉਸੇ ਦੇ ਵਿੱਚੋਂ ਇੱਕ ਮਿਸਾਲ ਹੈ ਤੇ ਆਮ ਲੋਕ ਜਿਹੜੇ ਆ ਉਹੀ ਵਿਕਟਮ ਬਣਦੇ ਨੇ, ਜਿਹੜੇ ਵੱਡੇ ਵੱਡੇ ਸਰਮਾਏਦਾਰ ਨੇ ਉਹਨਾਂ ਦੇ ਕੋਲ ਕਈ ਰਸਤੇ ਨੇ, ਉਹ ਬਾਹਰ ਬੈਠੇ ਵੀ ਚਾਹੇ ਉੱਥੇ ਬੈਠੇ ਆ ਉਹਨਾਂ ਦੀ ਕੋਈ ਰੁਕਾਵਟ ਨਹੀਂ ਹੈ, ਕਿਉਂਕਿ ਉਹਨਾਂ ਦੀ ਅੰਗਲੀ ਸੰਗਲੀ ਜਾਂ ਉਹਨਾਂ ਦਾ ਸੰਬੰਧ ਇਹੋ ਜਿਹੇ ਸਿਆਸਤਦਾਨਾਂ ਨਾਲ ਹੁੰਦਾ ਜਿਹਨਾਂ ਦੀ ਸਾਮ ਦਾਮ ਦੰਡ ਭੇਦ ਨੀਤੀ ਹੁੰਦੀ ਹੈ। ਵਿਕਟਮ ਜਦੋਂ ਕੋਈ ਬਣਦਾ ਤਾਂ ਸਧਾਰਨ ਬੰਦਾ ਬਣਦਾ ਜਿਹੜਾ ਕਿ ਕਦੇ ਪਰਿਵਾਰਾਂ ਦਾ ਸਤਾਇਆ ਹੋਇਆ, ਕਦੇ ਭੂ ਮਾਫੀਏ ਦਾ ਸਤਾਇਆ ਤੇ ਕਦੇ ਸਰਕਾਰਾਂ ਦਾ ਸਤਾਇਆ, ਇਸ ਤਰੀਕੇ ਨਾਲ ਤੜਪਦਾ
ਜਿਵੇਂ ਕਿ ਆਪਾਂ ਬਿਆਨ ਕਰ ਰਹੇ ਹਾਂ ਜੀ। ਪਾਤਸ਼ਾਹ ਮੈਨੂੰ ਮਤਲਬ ਜਦੋਂ ਇਹ ਸਟੇਟਮੈਂਟ ਆਈ ਕਿ ਤੁਹਾਡੇ ਭਰੇ ਭਰਾਏ ਘਰ ਜਿਹੜੇ ਨੇ ਜਿਹੜਾ ਉਹਦੇ ਵਿੱਚ ਰਹਿ ਰਿਹਾ ਹੈ ਜਾਂ ਜਿਹਨੂੰ ਤੁਸੀਂ ਨੁੱਕਰ ਦਿੱਤੀ ਉਹਨਾਂ ਦੇ ਨਾਵਾਂ ਦੇ ਉੱਤੇ ਰਜਿਸਟਰੀ ਕਰ ਦਿੱਤੀ ਜਾਏਗੀ, ਮਤਲਬ ਮੈਨੂੰ ਇੱਕ ਵਾਰੀ ਉਹ ਯਾਦ ਆ ਗਿਆ ਜਦੋਂ ਕਿਤਾਬਾਂ ਦੇ ਵਿੱਚ, ਨਾਵਲਾਂ ਦੇ ਵਿੱਚ, ਸੱਚੀਆਂ ਕਹਾਣੀਆਂ ਦੇ ਵਿੱਚ 1947 ਦੀ ਦੁਨੀਆ ਦੀ ਸਭ ਤੋਂ ਵੱਡੀ ਤ੍ਰਾਸਦੀ ਔਰ ਸਭ ਤੋਂ ਮਹਿੰਗੇ ਮੁੱਲ ਦੀ ਕਿਸੇ ਮੁਲਕ ਨੂੰ ਆਜ਼ਾਦੀ ਜੇ ਕਹਿ ਦੇਈਏ ਤਾਂ ਉਹਨੂੰ ਕਹਿੰਦੇ ਨੇ, ਜਿਹਨਾਂ ਜਿਹੜਾ ਕਿ ਮੈਂ ਲੱਖਾਂ ਲਾਸ਼ਾਂ ਦੇ ਉੱਤੇ ਸਿਰਜੀ ਗਈ ਸੀ ਉਹ ਆਜ਼ਾਦੀ, ਦੋ ਮੁਲਕਾਂ ਦੇ ਵਿੱਚ ਲਕੀਰ ਖਿੱਚ ਕੇ, ਔਰ ਜਿਵੇਂ ਭਰੇ ਭਰਾਏ ਲੋਕ ਘਰ ਛੱਡ ਕੇ ਚਲੇ ਗਏ, ਕੋਈ ਕਿਸੇ ਦਾ ਘਰ ਕਿਸੇ ਨੂੰ ਅਲਾਟ ਹੋ ਗਿਆ, ਕਿਸੇ ਦਾ ਘਰ ਕਿਸੇ ਨੂੰ, ਮਤਲਬ ਅੱਜ ਪੰਜਾਬ ਦੀ ਸਥਿਤੀ ਜਿਹੜੀ ਹੈ ਉਹ ਕੈਪਟਨ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀ ਬਣੀ ਹੋਈ ਹੈ। ਮੈਨੂੰ ਮਹਿਸੂਸ ਹੋ ਰਿਹਾ ਕਿ ਲੋਕ ਇਸ ਤ੍ਰਾਸਦੀ ਦੇ ਖਿਲਾਫ਼ ਪ੍ਰਵਾਸੀ ਜਿਹੜੇ ਆ ਕੋਈ ਨਾ ਕੋਈ ਜ਼ਬਾਨ ਜ਼ਰੂਰ ਖੋਲ੍ਹਣਗੇ। ਹੁਣ ਤੁਸੀਂ ਅੰਦਾਜ਼ਾ ਲਾਓ ਜੀ, ਜਿਹੜਾ ਬੰਦਾ ਬੋਲਦਾ ਹੈ, ਹੁਣ ਤੁਸੀਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਇੱਥੋਂ ਦੇ ਲੋਕਾਂ ਜਾਂ ਇੱਥੋਂ ਦੇ ਕੁਝ ਗਰੁੱਪਾਂ ਦੇ ਵੱਲੋਂ ਜਿਹੜੇ ਸੋ ਕਾਲਡ ਸੱਤਾ ਦੇ ਹਾਕਮ ਨੇ ਇਹਨਾਂ ਦੇ ਖਿਲਾਫ਼ ਕਿਤੇ ਨਾ ਕਦੇ ਆਵਾਜ਼ ਉਠਾਈ ਜਾਂਦੀ ਰਹੀ, ਉਸਦਾ ਬਦਲਾ ਲੈਣਾ ਜਾਂ ਉਸਦੇ ਕਾਰਨ ਜੋ ਨਫ਼ਰਤ ਦੇ ਪਾਤਰ ਬਣ ਕੇ ਵਿਰੋਧ ਕਰਨਾ ਅਤੇ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਉਣਾ, ਇਹ ਇਹੋ ਜਿਹੀ ਭਾਵਨਾ ਸਾਡੇ ਸਿਆਸਤਦਾਨਾਂ ਦੇ ਵਿੱਚ ਹੈ ਤਾਂ ਫਿਰ ਕੀ ਆਸ ਰੱਖੀ ਜਾ ਸਕਦੀ ਹੈ? ਉਹ ਜਿਸ ਤਰ੍ਹਾਂ ਉਲਫਤ ਬਾਜਵਾ ਸਾਹਿਬ ਲਿਖਦੇ ਨੇ ਕਿ ਨਾ ਉਸਨੂੰ ਦਰਦ ਆਇਆ ਸੀ ਨਾ ਇਸਨੂੰ ਦਰਦ ਆਏਗਾ, ਨਾ ਉਸਨੂੰ ਦਰਦ ਆਇਆ ਸੀ ਨਾ ਇਸਨੂੰ ਦਰਦ ਆਏਗਾ, ਪਈ ਜਦ ਮਾਰ ਲੋਕਾਂ ਤੇ ਤਾਂ ਕੋਈ ਮਰਦ ਆਏਗਾ। ਇਹ ਤਾਂ ਜਿਹੜੀ ਸਿਚੁਏਸ਼ਨ ਹੈ ਅੱਜ ਦੀ, ਇਹ ਲੋਕਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਡਾਕਟਰ ਸਾਹਿਬ, ਪਰ ਦੁਖਾਂਤ ਇਹ ਹੈ ਕਿ ਲੋਕਾਂ ਦੁਖਾਂਤ ਇਹ ਹੈ ਕਿ ਲੋਕਾਂ ਨੂੰ ਜਿਹਨਾਂ ਮਰਦਾਂ ਦੀ ਇੰਤਜ਼ਾਰ ਸੀ ਜਾਂ ਜਿਹਨਾਂ ਤੋਂ ਉਮੀਦ ਸੀ ਔਰ ਜਿਹਨਾਂ ਨੇ, ਮੇਰਾ ਖਿਆਲ ਹੈ ਕਿ ਪ੍ਰਵਾਸੀਆਂ ਦੇ ਗੀਜਿਆਂ ਦੇ ਵਿੱਚੋਂ ਭਾਨ ਵੀ ਕਢਵਾ ਲਈ ਔਰ ਵੱਡੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਵਾਸਤੇ ਪ੍ਰਵਾਸੀਆਂ ਨੇ ਸਭ ਤੋਂ ਵੱਧ ਪੈਸਾ ਦਿੱਤਾ ਔਰ ਇਹ ਦੂਜੀ ਜਿਹੜੀ ਹੈ ਦੋ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਅੰਦਰ ਖੁੰਦਕ ਹੈ। ਅੱਜ ਵਿਧਾਨ ਸਭਾ ਦੇ ਵਿੱਚ ਜਦੋਂ ਇਹ ਗੱਲ ਚੱਲੀ ਹੈ ਉਸ ਵੇਲੇ ਆਮ ਆਦਮੀ ਪਾਰਟੀ ਦਾ ਨਾ ਵਿਰੋਧੀ ਧਿਰ ਦਾ ਨੇਤਾ ਅਤੇ ਨਾ ਲੋਕਾਂ ਲਈ ਜਾਂ ਪ੍ਰਵਾਸੀਆਂ ਲਈ ਟਾਰਾਂ ਮਾਰਨ ਵਾਲਾ ਭਗਵੰਤ ਮਾਨ, ਉਹਨਾਂ ਨੇ ਇੱਕ ਵੀ ਗੱਲ ਨਹੀਂ ਕਹੀ, ਕਿਉਂਕਿ ਉਹਨਾਂ ਨੂੰ ਵੀ ਪਿੰਡਾਂ ਦੇ ਅੰਦਰਲੇ ਪਾਸਿਓਂ ਵੋਟ ਬੈਂਕ ਆਪਣਾ ਦਿਸ ਰਿਹਾ, ਉਹ ਵੀ ਨਹੀਂ ਬੋਲੇ ਕਿ ਉਹਨਾਂ ਨੂੰ ਘੱਟੋ ਘੱਟ ਇਸ ਗੱਲ ਲਈ ਬੋਲਣਾ ਚਾਹੀਦਾ ਸੀ ਕਿ ਵੱਧ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਦੂਸਰੇ ਮਿੱਤਰ ਦੋਸਤ ਰਿਸ਼ਤੇਦਾਰ ਜਾਂ ਵਾਕਫ ਜਾਂ ਸੰਭਾਲ ਲਈ ਦਿੱਤੇ ਹੋਏ ਨੇ ਉਹ ਲੋਕ ਜਿਹੜੇ ਨੇ ਉਹ ਪ੍ਰਵਾਸੀਆਂ ਦੇ ਘਰਾਂ ਦੇ ਵਿੱਚ ਰਹਿ ਰਹੇ ਨੇ, ਜਿਹੜਾ ਰਹਿ ਹੀ ਪੰਜਾਬ ਦੇ ਵਿੱਚ ਰਿਹਾ ਉਹ ਆਪਣਾ ਘਰ ਕਿਸੇ ਨੂੰ ਕਿਉਂ ਦੇਵੇਗਾ? ਸਿੱਧੀ ਮਾਰ ਜਿਹੜੀ ਹੈ ਉਹ ਪ੍ਰਵਾਸੀਆਂ ਦੇ ਉੱਤੇ ਆ। ਸੱਚਾਈ ਹੈ ਜੀ ਇਹ, ਤੁਸੀਂ ਦੇਖੋ ਜੇ ਅੱਜ ਅਸੀਂ ਦੇਖੀਏ ਜੇ ਸਿਆਸਤਦਾਨਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਲੋਕਾਂ ਦੇ ਹੱਕ ਚ ਆਵਾਜ਼ ਨੇ ਉਠਾਈ ਸੀ, ਆਸ ਬੱਦਲਾਂ ਤੇ ਮੇਰੇ ਦਾਗ ਧੋਣਗੇ, ਆਸ ਬੱਦਲਾਂ ਤੇ ਮੇਰੇ ਦਾਗ ਧੋਣਗੇ, ਕਾਲਕ ਸਗੋਂ ਨੇ ਹੋਰ ਵੀ ਚਿਹਰੇ ਤੇ ਮਲ ਗਏ। ਹਾਲਤ ਤਾਂ ਇਹ ਹੈ ਕਿ ਇਹ ਤਾਂ ਹੋਰ ਚਿਹਰੇ ਤੇ ਕਾਲਖ ਮਲਣ ਵਾਲੀ ਗੱਲ ਹੈ, ਪਰ ਇਸ ਦੇ ਬਾਵਜੂਦ ਮੈਂ ਸਮਝਦਾ ਜਿਵੇਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਜਿਹੜੇ ਜਾਗਰੂਕ ਨੇ ਜਾਂ ਫਿਰ ਜਿਹਨਾਂ ਲੋਕਾਂ ਦੇ ਅੰਦਰ ਅਜੇ ਵੀ ਜਦੋ ਜਦ ਕਰਨ ਦੀ ਸ਼ਕਤੀ ਜਾਂ ਮਾਦਾ ਕਾਇਮ ਹੈ ਪੰਜਾਬ ਦੇ ਵਿੱਚ, ਉਹ ਇਹੋ ਜਿਹੀਆਂ ਨੀਤੀਆਂ ਨੂੰ ਚੁਣੌਤੀ ਜ਼ਰੂਰ ਦੇ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਨਗਾਰੇ ਚੁਣੌਤੀ ਵਾਲੀ ਗੱਲ ਹੈ ਕਿ ਸੁਣਦੇ ਜਾਂ ਨਹੀਂ ਸੁਣਦੇ, ਇਹੋ ਜਿਹੇ ਹਾਲਾਤ ਦੇ ਸ਼ਿਕਾਰ ਨੇ, ਪਰ ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੈ। ਸੋ ਜਿਹੜੇ ਪ੍ਰਵਾਸੀਆਂ ਨੂੰ ਇਹਨਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੂੰ ਲਾਮਬੰਦ ਹੋਣਾ ਚਾਹੀਦਾ, ਚਾਹੇ ਉਹ ਕੈਨੇਡਾ, ਅਮੈਰੀਕਾ, ਇੰਗਲੈਂਡ ਜਾਂ ਕਿਤੇ ਵੀ ਬੈਠੇ ਨੇ, ਇੱਕ ਮੁੱਠ ਹੋ ਕੇ ਉਹਨਾਂ ਨੂੰ ਇਸ ਗੱਲ ਦੇ ਲਈ ਜਿੰਨੇ ਬਾਹਰ ਆਉਂਦੇ ਇਹ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਸੜਕਾਂ ਤੇ ਰੋਕ ਕੇ ਉਹਨਾਂ ਨੂੰ ਸ਼ਰੇਆਮ ਪਬਲਿਕ ਦੇ ਵਿੱਚ ਜਨਤਕ ਇਕੱਠਾਂ ਦੇ ਵਿੱਚ ਵਿਰੋਧ ਦੇ ਰੂਪ ਦੇ ਵਿੱਚ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਜਵਾਬ ਦਿਓ ਕਿ ਸਾਡੇ ਨਾਲ ਹੀ ਧੱਕੇਸ਼ਾਹੀ ਕਿਉਂ ਹੋ ਰਹੀ ਹੈ, ਤੁਸੀਂ ਲਾਸਟ ਲਾਸਟ ਕੱਢ ਦਿਓ ਜਾਂ ਮੌਜਾਂ ਕਰ ਦਿਓ ਤੇ ਆਪਣੇ ਲਾਸਟ ਗੱਲ ਬੱਚਿਆਂ ਨੂੰ ਇੱਥੇ ਆ ਕੇ ਸੈੱਟ ਕਰ ਰਹੇ ਹੋ ਤੇ ਸਾਡੇ ਜਿਹੜੇ ਆਪਣੇ ਹੱਕ ਬਣਦੇ ਨੇ। ਲਾਸਟ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਜਿਹੜੇ ਇੱਥੇ ਰਾਜਨੀਤਿਕ ਪਾਰਟੀਆਂ ਦੀਆਂ ਢੋਲਕੀਆਂ ਪਾ ਕੇ ਵਿਦੇਸ਼ਾਂ ਦੇ ਵਿੱਚ ਵਜਾ ਰਹੇ ਨੇ, ਚਾਹੇ ਉਹ ਸੱਤਾਧਾਰੀ ਆ ਜਾਂ ਦੂਜੇ ਆ, ਉਹ ਵੀ ਗੂੰਗੇ ਹੋਏ ਪਏ ਨੇ, ਉਹਨਾਂ ਨੂੰ ਆਵਾਜ਼ ਨਹੀਂ ਚੱਕਣੀ ਚਾਹੀਦੀ ਇਸ ਗੱਲ ਵਾਸਤੇ ਇੱਥੇ ਦੇ ਲੋਕਾਂ ਦੀ? ਅੱਜ ਫਿਰ ਵਿਕਦਾ ਫਰਜ਼ ਹੈ, ਵਿਕਦਾ ਇਮਾਨ ਹੈ, ਪਹਿਲਾਂ ਪਸ਼ੂ ਵਿਕਦੇ ਸੀ, ਅੱਜ ਵਿਕਦਾ ਇਨਸਾਨ ਹੈ। ਕੀ ਬਾਤ ਹੈ, ਲੱਗਦਾ ਕਿ ਇਹ ਸਾਰੇ ਜਿਹੜੇ ਵਿਕਾਊ ਸੋਚ ਦੇ ਮਾਲਕ ਨੇ ਜੀ, ਜਿਹੜੇ ਲਿਮੋਜ਼ੀਨਾ ਲੈ ਕੇ ਜਾਂ ਲਾਲ ਕਾਰਪੇਟ ਵਗੈਰਾ ਵਿਛਾ ਕੇ ਜਿਹੜਾ ਹੈ ਇਹਨਾਂ ਲੋਕਾਂ ਨੂੰ ਜੀ ਭਗਤ ਕਰਦੇ ਨੇ, ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ, ਕਿਉਂਕਿ ਇੱਕ ਚੀਜ਼ ਸੀ ਜ਼ਮੀਰ ਜੋ ਵਾਪਸ ਨਾ ਲਾ ਸਕਾ, ਲੋਟਾ ਤੇ ਹੈ ਜ਼ਰੂਰ ਉਹ ਦੁਨੀਆ ਖਰੀਦ ਕਰ। ਇਹ ਲੋਕ ਜਿਹੜੇ ਆ ਇਹਨਾਂ ਲੋਕਾਂ ਦੀ ਤੁਸੀਂ ਗੱਲ ਕਰੋਗੇ, ਇਹਨਾਂ ਤੋਂ ਗੋਂਗਲੀਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ,
ਇਹਨਾਂ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਹੈ, ਬਲਕਿ ਆਮ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਇਹੋ ਜਿਹੇ ਲੀਡਰਾਂ ਦੀ ਪੁਸ਼ਤ ਪਨਾਹੀ ਕਰਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜਾਗਰੂਕ ਹੋਣ ਤੇ ਉਹਨਾਂ ਨੂੰ ਜਵਾਬਦੇਹ ਬਣਾਉਣ, ਨਾ ਕਿ ਇਹਨਾਂ ਨੇ ਤੁਹਾਡੇ ਦੁੱਖ ਸੁਣਨੇ ਨੇ। ਇਹ ਤਾਂ ਜ਼ਖਮਾਂ ਤੇ ਲੂਣ ਛਿੜਕਣ ਦੇ ਵਾਸਤੇ ਆਉਂਦੇ ਨੇ। ਸੋ ਆਵਾਜ਼ ਆਮ ਲੋਕਾਂ ਦੇ ਵਿੱਚੋਂ ਹੀ ਉੱਠੇਗੀ। ਸਧਾਰਨ ਵਿਅਕਤੀ ਜਦੋਂ ਇਹਨਾਂ ਸਥਾਪਤੀ ਦੇ ਜਿਹੜੇ ਇਸ ਵੇਲੇ ਮਾਲਕ ਬਣੇ ਹੋਏ ਲੋਕ ਨੇ ਇਹਨਾਂ ਦੀ ਵਿਰੋਧਤਾ ਕਰਨਗੇ, ਤਾਂ ਜਾ ਕੇ ਉਹਨਾਂ ਦੀ ਜਿਹੜੀ ਮਿਹਰਬਾਨੀ ਨੀਂਦ ਹਰਾਮ ਹੋਏਗੀ, ਫਿਰ ਜਾ ਕੇ ਇਨਸਾਫ ਮਿਲੇਗਾ। ਕਿਉਂਕਿ ਇਹੋ ਜਿਹੇ ਹਾਲਾਤ ਦੇ ਵਿੱਚ ਕਿਸੇ ਨੇ ਬਾਹ ਨਹੀਂ ਫੜਨੀ, ਦੋਸਤੋ ਕਾਲ ਕਰ ਸਕਦੇ ਹੋ। ਤੁਹਾਡਾ ਕੀ ਵਿਚਾਰ ਹੈ ਇਸ ਵੱਡੇ ਹੱਕਾਂ ਦੇ ਛਾਪੇ ਦੇ ਉੱਤੇ, ਕਿਉਂਕਿ ਬਹੁਤਾਤ ਦੇ ਵਿੱਚੋਂ ਪ੍ਰਵਾਸੀ ਹੋਣਗੇ ਜਿਹੜੇ ਲੋਕਾਂ ਦੇ ਘਰ ਘਰ ਜਿਹੜੇ ਨੇ ਉਹ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਉੱਥੇ ਸਾਂਭ ਸੰਭਾਲ ਵਾਸਤੇ ਜਾਂ ਰਹਿਣ ਵਾਸਤੇ ਦਿੱਤੇ ਹੋਏ ਨੇ। ਮੈਂ ਸਮਝਾਂਗਾ ਕਿ ਜਿਹੜੇ ਰਹਿ ਰਹੇ ਨੇ ਉਹਨਾਂ ਵਾਸਤੇ ਵੀ ਇੱਕ ਔਖੀ ਘੜੀ ਹੈ ਕਿ ਉਹ ਵੀ ਸ਼ੱਕ ਦੇ ਨਜ਼ਰੀਏ ਦੇ ਵਿੱਚ ਆ ਕੇ ਜਿੱਥੇ ਉਹਨਾਂ ਦੀ ਨੀਯਤ ਵੀ ਭਾਵੇਂ ਨਾ ਹੋਵੇ, ਵਿਚਾਰੇ ਉਹ ਵੀ ਬੇਘਰੋਂ ਮਤਲਬ ਘਰੋਂ ਬੇਘਰ ਹੋਣ ਵਾਲੀ ਸਥਿਤੀ ਹੋਏਗੀ। ਕੈਪਟਨ ਸਰਕਾਰ ਦੇ ਇਸ ਫੈਸਲੇ ਦੇ ਉੱਤੇ ਕੀ ਨੇ ਪ੍ਰਤੀਕਰਮ, ਕਾਲ ਮੀ 7187865222। ਪ੍ਰੋਗਰਾਮ ਰਹੇਗਾ ਇਸੇ ਤਰ੍ਹਾਂ ਜਾਰੀ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ, ਕਰੀਏ ਤੁਹਾਡੇ ਨਾਲ ਵਿਚਾਰਾਂ, ਛੋਟੇ ਛੋਟੇ ਸਵਾਲ ਜਵਾਬ। ਹੈਲੋ, ਹੈਲੋ ਰਿਆੜ ਸਾਹਿਬ ਜੀ, ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਜਗਪਾਲ ਸਿੰਘ ਬੋਲਦਾ ਜੀ। ਸਰ ਜਗਪਾਲ ਸਿੰਘ ਜੀ, ਕੀ ਹਾਲ ਚਾਲ ਭਾਜੀ? ਕਿਰਪਾ ਕੀ ਕਹੋਗੇ ਅੱਜ ਦੇ ਵਿਸ਼ੇ ਤੇ? ਭਾਜੀ ਦੇਖੋ, ਪਹਿਲੀ ਗੱਲ ਤੇ ਆ ਭਾਈ, ਦੇਖੋ ਜਿਹੜੇ ਅਸੀਂ ਅਮਰੀਕਾ ਕੈਨੇਡਾ ਚ ਰਹਿੰਦੇ ਆ ਜਾਂ ਵਰਲਡ ਦੇ ਕਿਤੇ ਹਿੱਸੇ ਚ ਵੀ ਰਹਿੰਦੇ ਆ ਜੀ, ਜਦੋਂ ਅਸੀਂ ਸਿਟੀਜ਼ਨ ਲੈ ਲਈ ਜਿਹੜੀ ਕੰਟਰੀ ਦੀ ਜੀ, ਇਹਦਾ ਮਤਲਬ ਤੁਸੀਂ ਉਸ ਕੰਟਰੀ ਦੇ ਨਾਗਰਿਕ ਆ। ਉਹ ਜਿਹੜੀ ਪ੍ਰੋਪਰਟੀ ਆ ਸਾਡੀ ਪੰਜਾਬ ਚ, ਉਹ ਪੰਜਾਬ ਦੀ ਨੀ ਪ੍ਰੋਪਰਟੀ, ਅਸਲ ਵਿੱਚ ਉਹ ਅਮਰੀਕਾ ਦੀ ਪ੍ਰੋਪਰਟੀ ਆ। ਜੇ ਇਹ ਸਾਡੇ ਨਾਲ ਇੱਦਾਂ ਕਰਨਗੇ, ਅਸੀਂ ਇਹ ਕਾਂਗਰਸ ਕੋਲ, ਸੈਨੇਟਰਾਂ ਕੋਲ ਕੇਸ ਲੈ ਕੇ ਜਾਵਾਂਗੇ, ਉਹ ਫਿਰ ਬਿੱਲ ਪਾਸ ਕਰਨਗੇ, ਫਿਰ ਉਹ ਜਿਹੜੀ ਸਾਡੀ ਪ੍ਰੋਪਰਟੀ ਆ ਫਿਰ ਉਹਦੀ ਉਹ ਆਪ ਇਹਨਾਂ ਨਾਲ ਹਿਸਾਬ ਕਿਤਾਬ ਕਰਨਗੇ ਕੈਪਟਨ ਹੋਣਾ ਨਾਲ, ਤੇ ਜੋ ਵੀ ਸਾਡਾ ਫਿਰ ਵਕੀਲਾਂ ਤੇ ਲਾਇਰ ਤੇ ਖਰਚਾ ਆਊਗਾ। ਹੁਣ ਕੋਈ ਵੀ ਵਰਲਡ ਦਾ ਬੰਦਾ ਆ ਕੇ ਜਦੋਂ ਮੈਂ ਅਮਰੀਕਾ ਚ ਮਨੀ ਇਨਵੈਸਟ ਕਰਦਾ, ਤੁਸੀਂ ਭਾਵੇਂ ਕਿਸੇ ਦੇ ਘਰ ਦੇ ਰੈਂਟ ਦੇ ਭਾਵੇਂ 40 ਸਾਲ 50 ਸਾਲ ਰਹੋ, ਇਹਦਾ ਮਤਲਬ ਇਹ ਥੋੜਾ ਤੁਸੀਂ ਉਹਦੇ ਓਨਰ ਬਣ ਗਏ ਆ, ਓਨਰ ਬਣ ਗਏ ਆ। ਇਸ ਕਰਕੇ ਅਸੀਂ ਜਿਹੜੇ ਅਮਰੀਕਨ ਆ, ਵੀ ਆਰ ਆਲ ਨੰਬਰ 2 ਦੇ ਮਿਲਿਆਰ ਸਾਹਿਬ, ਇੱਕ ਮੈਂ ਤੁਹਾਡੀ ਨੌਲੇਜ ਹੋਰ ਵਾਧਾ ਕਰਨਾ ਮੰਗਦਾ, ਜਿਹੜੇ ਆਪਾਂ ਏਸ਼ੀਆ ਨੇ ਆ ਨਾ, ਸਾਰਿਆਂ ਨੇ ਪਹਿਲਾਂ ਇੱਥੇ ਚਾਈਨੀਜ਼ ਆਏ ਆ 1790 ਦੇ ਵਿੱਚ, ਉਸ ਤੋਂ ਬਾਅਦ ਆਇਆ 1850 ਚ ਜੈਪਨੀਜ਼, ਬਾਕੀ ਸਾਰੇ ਆਪਾਂ 19 ਸੈਂਚਰੀ ਦੇ ਐਂਡ ਚ ਆਉਣੇ ਸ਼ੁਰੂ ਹੋਏ, ਤੇ ਜਿਹੜੇ ਆਪਾਂ ਸਾਊਥ ਏਸ਼ੀਆ ਚੋਂ ਪਹਿਲੇ ਲੋਕ ਨਾਰਥ ਅਮਰੀਕਾ ਦੀ ਧਰਤੀ ਤੇ ਆਏ ਉਹ ਪੰਜਾਬ ਚੋਂ ਆਏ ਆ, ਤੇ ਉਹਨਾਂ ਚੋਂ 90% ਤੋਂ ਜ਼ਿਆਦਾ ਜੱਟ ਸਿੱਖ ਲੋਕ ਸੀਗੇ। ਅਸੀਂ ਇਸ ਕੰਟਰੀ ਦੇ ਵਿੱਚ 1890 ਤੋਂ ਰਹਿ ਰਹੇ ਹਾਂ। ਆ ਜਿਹੜੇ ਬਾਕੀ ਇੰਡੀਅਨ ਇੰਡੀਅਨ ਜਿਹੜੇ ਗੁਜਰਾਤੀਆਂ ਜਿਹੜੇ ਤੇ ਗੱਲ, ਇਹ ਤਾਂ ਆਫਟਰ 1960-1970 ਤੋਂ ਬਾਅਦ ਹੋਣ ਲੱਗੇ ਆ। ਜੀ 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 ਜੀ, ਸਾਡੇ ਤੋਂ ਉਦੋਂ ਬਜ਼ੁਰਗ ਤੋਂ ਸਾਡੇ ਗ੍ਰੈਂਡਫਾਦਰ ਹੋਣੀ ਦੇ 50-50 ਸਾਲ ਕੰਮ ਕਰਕੇ ਇੰਡੀਅਨ ਮੁੜ ਗਏ, ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਅਮਰੀਕਾ ਕੈਨੇਡਾ ਵੀ ਕਿਤੇ ਹੈਗਾ। ਥੈਂਕ ਯੂ ਜਗਪਾਲ ਜੀ, ਬਹੁਤ ਅੱਛੀ ਤੁਹਾਡੀ ਜਾਣਕਾਰੀ ਭਰਪੂਰ ਹੈ ਤੁਹਾਡਾ ਗੱਲਬਾਤ। ਹੈਲੋ, ਹੈਲੋ, ਸਤਿ ਸ੍ਰੀ ਅਕਾਲ ਯਾਰ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਬਿੰਦਰ ਸਿੰਘ ਚਾਹਲ ਬੋਲਦਾ ਰੀਨੋ ਤੋਂ ਜੀ। ਚਾਹਲ ਸਾਹਿਬ ਕੀ ਕਹੋਗੇ? ਮੈਨੂੰ ਅੱਜ ਦੇ ਮੁੱਦੇ ਦਾ ਪਤਾ ਨਹੀਂ, ਕਿਉਂਕਿ ਮੈਂ ਹੁਣੀ ਆ ਟੀਵੀ ਆਨ ਕੀਤਾ ਸੀ, ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ 2 ਮਿੰਟ ਲਈ। ਜੇ ਤੁਸੀਂ ਵਿਸ਼ੇ ਤੋਂ ਪਰਲੇ ਪਾਸੇ ਕਰਨੀ, ਮੈਨੂੰ ਜਦੋਂ ਮਰਜ਼ੀ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਈਓ, ਕਿਉਂਕਿ ਬੜਾ ਇੰਪੋਰਟੈਂਟ ਵਿਸ਼ਾ, ਸਮਾਂ ਬੜਾ ਘੱਟ ਹੈ, ਪ੍ਰੋਗਰਾਮ ਇਹ ਦੁਬਾਰਾ ਫਿਰ ਚੱਲੇਗਾ, ਤੁਸੀਂ ਇਹਨੂੰ ਦੁਬਾਰਾ ਦੇਖ ਲੈਣਾ ਪ੍ਰੋਗਰਾਮ, ਔਰ ਮੇਰੇ ਨਾਲ ਜਦੋਂ ਮਰਜ਼ੀ ਤੁਸੀਂ ਆਊਟ ਆਫ ਟਾਈਮ ਆਪਣੀ ਪਰਸਨਲ ਗੱਲ ਕਰ ਲੈਣਾ, ਨੋ ਪ੍ਰੋਬਲਮ। ਹੈਲੋ, ਹਾਂਜੀ ਰੇੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਕਿਹਾ ਜਿਹੜੇ ਮੁੱਦੇ ਹੁਣ ਆਏ ਆ ਬੜੇ ਦੁੱਖ ਭਰੇ ਹੀ ਆ ਸਾਡੇ ਪ੍ਰਵਾਸੀਆਂ ਲਈ, ਤੇ ਪਹਿਲਾਂ ਵੀ ਜਿਹੜਾ ਆਇਆ ਸੀ ਉਹਦਾ ਪ੍ਰੋਗਰਾਮ ਜਿਹੜਾ ਹੋਇਆ ਸੀ ਉਹਦਾ ਵੀ ਬਹੁਤ ਦੁੱਖ ਭਰਿਆ ਸੀਗਾ ਸਾਡੇ ਲਈ ਜੀ। ਪਰ ਹੁਣ ਇਹ ਜਿਹੜੇ ਆ, ਇੱਕ ਮੈਂ ਗਾਣਾ ਸੁਣਦਾ ਹੁੰਦਾ ਸੀ ਆਪਣੇ, ਸਾਡੇ ਦਿਲ ਤੋਂ ਪੁਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਮੈਂ ਉਹ ਗਾਣੇ ਦਾ ਉਲਟਾ ਕਰਦਾ ਹੁੰਦਾ, ਸਾਡੇ ਢਿੱਡ ਤੋਂ ਪੁਛ ਪਰਦੇਸ ਸੱਜਣਾ ਤੇ ਅਸੀਂ ਕਿਉਂ ਪਰਦੇਸੀ ਹੋਏ। ਬਾਕੀ ਹੁਣ ਇਹ ਜਿਹੜਾ ਕੈਪਟਨ ਆ ਤੇ ਉਹਦੇ ਵਿੱਚ ਕੀ ਇਹਨੂੰ ਹੁਣ ਲਾਭ ਆ ਉਹਦੇ ਵਿੱਚ, ਜਿਹੜਾ ਹੁਣ ਕਿਸੇ ਨੇ ਕੁਛ ਬਣਾਇਆ ਜਾਂ ਆਪਣਾ ਕਿਸੇ ਨੂੰ ਕੁਛ ਆਸ਼ਿਆ ਨਾ ਬਣਾਇਆ ਯਾਰ, ਜਾ ਕੇ ਉਹੀ ਗੱਲ ਹੈ, ਉਹੀ ਗੱਲ ਹੈ, ਘਰ ਬਾਰ ਇੱਥੋਂ ਆਏ ਸੀਗੇ ਪੈਸਾ ਕਮਾ ਕੇ ਆਪਣਾ ਬਣਾਈ ਜਾਇਦਾਦ, ਤੇ ਉਹਦੇ ਵਿੱਚ ਇਹਨੂੰ ਕੀ ਦੁੱਖ ਹੋਇਆ, ਇਹਦੇ ਵਿੱਚ ਮਿਹਨਤ ਦੇ ਨਾਲ ਬਣਾਇਆ ਹੋਇਆ ਜੀ ਸਾਰਾ ਕੁਛ, ਬਿਲਕੁਲ ਜੀ ਬਿਲਕੁਲ ਮਿਹਨਤ, ਤੇ ਹੁਣ ਇਹ ਕੰਮ 2 ਹੋਣੇ ਆ ਜੀ ਆਪਣੇ ਰਿਆੜ
ਸਾਹਿਬ ਜੇ ਆਮ ਆਦਮੀ ਵੀ ਆਵੇ ਇੱਧਰ ਛਿੱਤਰ ਉਹਦੇ ਵੀ ਪੈਣੇ ਆ ਤੇ ਕਾਂਗਰਸ ਵਾਲੇ ਵੀ ਆ ਜਿਹੜੇ ਕਾਂਗਰਸ ਦੇ ਇੱਥੇ ਬੰਦੇ ਆ ਇਹ ਚੁੱਪ ਕਿਉਂ ਬੈਠੇ ਆ ਉਹੀ ਤੇ ਗੱਲ ਹੈ ਨਾ ਜੀ ਇਹਦੇ ਗੁੰਗੇ ਹੋਏ ਬੈਠੇ ਨੇ ਕੋਈ ਕਿਸੇ ਦੀ ਸਾਰ ਨਹੀਂ ਲੈ ਰਿਹਾ ਬਿਆਨ ਦਿੱਤਾ ਤੇ ਤੁਸੀਂ ਪ੍ਰਵਾਸੀ ਹੈ ਕਾਂਗਰਸੀ ਹੈ ਤੁਸੀਂ ਜੋ ਉਹਨਾਂ ਗੱਲ ਕਰੋ ਕੋਈ ਗੱਲ ਬਾਤ ਕਰੋ ਤੇ ਇਹ ਗਲਤ ਹੈ ਤੇਰਾ ਪ੍ਰੋਗਰਾਮ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਹੈਲੋ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਠੀਕ ਹੈ ਪਹਿਲਾਂ ਦਾ ਜਿਹੜਾ ਡਿਸੀਜਨ ਕੀਤਾ ਪੰਜਾਬ ਸਰਕਾਰ ਨੇ ਜੀ ਇਹ ਕਿਸੇ ਵੀ ਪੋਕਤੇ ਵਿੱਚ ਸਟੈਂਡ ਨਹੀਂ ਕਰੇਗਾ ਇਸ ਕਰਕੇ ਸਾਨੂੰ ਜਿਹੜੇ ਇੱਥੇ ਪ੍ਰਵਾਸੀ ਹੈ ਸਾਡੀ ਆਪਣੀ ਪ੍ਰਾਪਰਟੀ ਹੈ ਨਾਵਾਂ ਦੇ ਉੱਤੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਨਾਂ ਤੇ ਰਜਿਸਟਰੀਆਂ ਕਰਤੀਆਂ ਜਾਣਗੀਆਂ ਜੀ ਕੱਲ ਸ਼ਹਿਰਾਂ ਦੇ ਵਿੱਚ ਬਣਾ ਦੇਣਗੇ ਆਪਣੀ ਗੱਲ ਕਹਿਣ ਵਾਸਤੇ ਘੱਟੋ ਘੱਟ ਅਕਾਲੀਆਂ ਦੇ ਵਜ਼ੀਰ ਜਾਂ ਅਕਾਲੀਆਂ ਤੱਕ ਗੱਲ ਪਹੁੰਚਾਉਣ ਵਾਸਤੇ ਰੌਲਾ ਪਾਉਣ ਵਾਸਤੇ ਉਹਨਾਂ ਦੇ ਬੰਦੇ ਤਾਂ ਕਿਤੇ ਨਾ ਕਿਤੇ ਆਉਂਦੇ ਜਾਂਦੇ ਉਪਲਬਧ ਹੁੰਦੇ ਸੀ ਇਹ ਤਾਂ ਨਾ ਕੋਈ ਆਉਂਦੇ ਨਾ ਕੋਈ ਮਿਲਦੇ ਆ ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਬਣੇ ਹੋਏ ਨੇ ਬਾਕੀ ਇਹ ਗੱਲ ਹੈ ਜੀ ਅਮਰਿੰਦਰ ਸਿੰਘ ਦੀ ਜੀ ਜਦੋਂ ਕੰਟਰੀ ਆਜ਼ਾਦ ਹੋਇਆ 1947 ਚ ਜੀ ਉਦੋਂ ਇਹਨਾਂ ਦੀਆਂ ਜਿਹੜੀਆਂ ਸਟੇਟਾਂ ਸੀਗੀਆਂ ਉਹ ਲੜੀਆਂ ਇੰਡੀਆ ਜੀ ਔਰ ਇਹਨਾਂ ਨੇ ਆਪਣੀਆਂ ਮਿੰਨਤਾਂ ਤਰਲੇ ਕਰਕੇ ਜੀ ਸਾਡਾ ਮਹਿਲ ਛੱਡ ਦਿਓ ਸਾਡੀ ਆਹ ਛੱਡ ਦਿਓ ਸਾਡੀ ਆਹ ਛੱਡ ਦਿਓ ਉਦੋਂ ਨੂੰ ਆਪਣੇ ਦਾਦੇ ਪੜਦਾਦੇ ਚੇਤੇ ਆ ਗਏ ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ ਬੜੀਆਂ ਹਕੀਕਤਾਂ ਦੀ ਗੱਲ ਤੁਸੀਂ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਦੋਸਤੋ ਪ੍ਰੋਗਰਾਮ ਨੂੰ ਜਾਰੀ ਰੱਖਾਂਗਾ ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹਾ ਬ੍ਰੇਕ ਤੋਂ ਬਾਅਦ ਆ ਦੋਸਤੋ ਮੈਂ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਕਰੀਏ ਵਿਚਾਰਾਂ ਹੈਲੋ ਹਾਂਜੀ ਰੈਡ ਸਾਹਿਬ ਖਾਲਸਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਸੁਖਵੰਤ ਸਿੰਘ ਗਿੱਲ ਜੀ ਵਾਸ਼ਿੰਗਟਨ ਤੋਂ ਜੀ ਗਿੱਲ ਸਾਹਿਬ ਹਾਂਜੀ ਹਾਂਜੀ ਮੈਂ ਤਾਂ ਇਹ ਕਹੂੰਗਾ ਜਦੋਂ ਤੁਸੀਂ ਆਉਂਦਾ ਨਾ ਆਪਣੇ ਲਾਈਨ ਕੈਪਟਨ ਆਪਣੇ ਕੈਪਟਨ ਸਰਕਾਰ ਦਾ ਨਵਾਂ ਡਿਸੀਜਨ ਇੱਥੇ ਇਹ ਹੋਣਾ ਚਾਹੀਦਾ ਕੈਪਟਨ ਕੈਪਟਨ ਸਰਕਾਰ ਦਾ ਤੁਗਲਕੀ ਡਿਸੀਜਨ ਫਰਮਾਨ ਤੁਗਲਕੀ ਫਰਮਾਨ ਹਾਂਜੀ 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 ਕਿਉਂਕਿ ਜਦੋਂ ਬੰਦਾ ਕੋਈ ਕੰਮ ਕਰਦਾ ਨਾ ਦੇਖੋ ਜੀ ਮਾੜਾ ਉੱਠ ਕੇ ਨੀ ਸਹੁੰ ਖਾਂਦਾ ਫਿਰ ਮਾੜੇ ਕੰਮ ਉਦੋਂ ਆਪਣੇ ਆਪ ਹੋਣ ਲੱਗ ਜਾਂਦੇ ਆ ਬਸ ਬਸ ਉਹ ਜਿਹੜਾ ਬਾਦਲਾਂ ਨੂੰ ਬਰਗਾੜੀ ਗਾਂਡ ਲੈ ਕੇ ਬਹਿ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੀ ਇਹਨੂੰ ਗੁੜਕੇ ਸਾਹਿਬ ਦੀ ਸਹੁੰ ਨਹੀਂ ਲੈ ਪੈਣਾ ਉਹਨੇ ਆਪਦੇ ਆਪ ਨਹੀਂ ਕਰਦਾ ਇਹ ਤੋਂ ਜਿੰਨੇ ਗਲਤ ਕੰਮ ਹੋ ਰਹੇ ਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਇਹ ਤੋਂ ਹੋਣੇ ਆ ਔਰ ਇਸ ਪਰਿਵਾਰ ਨੇ ਜਿਹੜਾ ਨਿਗਾਰ ਵੱਲ ਜਾਣਾ ਤੁਸੀਂ ਦੇਖੋ ਪ੍ਰਵਾਸੀ ਜਿਹੜੇ ਲੋਕ ਬਾਹਰ ਜਾ ਕੇ ਪੈਸਾ ਕਮਾ ਕੇ ਪੰਜਾਬ ਨੂੰ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ 'ਚ ਇਨਵੈਸਟਮੈਂਟ ਕਰਦੇ ਆ ਮੈਨੂੰ ਯਾਦ ਆ ਮੈਂ ਪਿਛਲੇ ਸਾਲ ਜਦ ਗਿਆ ਸਤੰਬਰ ਦੇ ਵਿੱਚ ਦੁਕਾਨਾਂ ਤੇ ਨਾ ਲਾਲੇ ਦੁਕਾਨਾਂ ਤੇ ਕੋਈ ਗਾਹਕ ਨਹੀਂ ਸੀਗਾ ਔਰ ਸ਼ਹਿਰ ਦੇ ਵਿੱਚ ਕੋਈ ਕਾਰ ਨਹੀਂ ਦਿਸਦੀ ਸੀ ਉਹ ਕਹਿੰਦੇ ਭੁੱਖੇ ਬੈਠੇ ਆ ਨਵੰਬਰ ਆਈ ਪ੍ਰਵਾਸੀ ਉੱਥੇ ਗਏ ਜਗਰਾਓ ਸ਼ਹਿਰ ਦੇ ਵਿੱਚ ਗੱਡੀਆਂ ਲਾਉਣ ਨੂੰ ਥਾਂ ਨਹੀਂ ਸੀਗਾ ਔਰ ਲੁਧਿਆਣੇ ਜਾਓ ਤਾਂ ਲੁਧਿਆਣੇ ਲੰਘਣ ਨੂੰ ਥਾਂ ਨਹੀਂ ਸੀਗਾ ਜਦੋਂ ਪ੍ਰਵਾਸੀ ਚਲੇ ਗਏ ਬਿਲਕੁਲ ਬਿਲਕੁਲ ਸਿੱਧੇ ਪੁੱਛ ਕੇ ਦੇਖੋ ਸਿੱਧੇ ਸਿੱਧੇ ਢੰਗ ਨਾਲ ਪੰਜਾਬ ਨੂੰ ਪ੍ਰਵਾਸੀਆਂ ਨੇ ਕੀ ਦੇਣਾ ਜਿਨ੍ਹਾਂ ਦਾ ਸਾਰਾ ਕਾਰੋਬਾਰ ਜਿਹੜਾ ਜਿਹੜਾ ਪ੍ਰਵਾਸੀਆਂ ਤੇ ਖੜਾ ਇਹ ਲੋਕ ਇਹਨਾਂ ਲੋਕਾਂ ਦੀ ਸੋਚ ਜਿਹੜੀ ਨਾ ਬੜੀ ਨੀਵੀਂ ਹੋ ਚੁੱਕੀ ਮਿਹਰਬਾਨੀ ਭਾਜੀ ਬਹੁਤ ਬਹੁਤ ਸ਼ੁਕਰੀਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਯਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਯਾਰ ਸਾਹਿਬ ਮੈਂ ਤਾਂ ਇਹ ਕਹੂੰਗਾ ਸਾਡੇ ਜਿਹੜੇ ਭ੍ਰਿਸ਼ਟ ਲੀਡਰ ਆ ਨਾ ਦਰਅਸਲ ਪੋਲੀਟੀਕਲ ਜੀ ਇਹਨਾਂ ਕੋਲੇ ਮੇਰੇ ਖਿਆਲ ਆ ਜਿਹੜੇ ਪੈਸੇ ਨਾ ਪੈਸੇ ਬਣਾਉਣ ਦੇ ਸਾਧਨ ਸੋਰਸਸ ਖਤਮ ਹੁੰਦੇ ਜਾ ਰਹੇ ਆ ਜਿਹੜੇ ਮਾਫੀਏ ਜੀ ਇਹਨਾਂ ਨੇ ਅੱਖ ਰੱਖ ਲਈ ਐਨਆਰਆਈ ਦੀ ਪ੍ਰਾਪਰਟੀ ਤੇ ਰਾਈਟ 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 ਯਾਰ ਸਾਹਿਬ ਇਹ ਕਹੂੰਗਾ ਵੀ ਇਹ ਇੱਕ ਜਿਵੇਂ ਤੁਸੀਂ ਕਿਹਾ ਵੀ ਇਹ ਵੋਟਾਂ ਦਾ ਚੱਕਰ ਵੀ ਆ
ਸਰਕਾਰੀ ਗੈਸਟ ਹਾਊਸ ਤੇ ਨਹਿਰੀ ਗੈਸਟ ਹਾਊਸ ਪਹਿਲੀਆਂ ਸਰਕਾਰਾਂ ਵੇਚ ਗਈਆਂ, ਇਹਨਾਂ ਕੋਲ ਵੇਚਣ ਨੂੰ ਕੁਛ ਹੈ ਨਹੀਂ, ਸਕੂਲ ਵੇਚ ਗਈਆਂ ਔਰ ਹੁਣ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੀਆਂ ਅੱਖਾਂ ਨੇ ਇਹਨਾਂ ਦੀਆਂ। ਸਭ ਤੋਂ ਵੱਡੀ ਗੱਲ ਹੈ ਜੀ, ਸਭ ਤੋਂ ਵੱਡੀ ਮਿਹਰਬਾਨੀ ਮਿਹਰਬਾਨੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗੱਲ ਇਸ ਤਰ੍ਹਾਂ ਹੈ ਜੀ ਵੀ ਇੱਥੇ ਦੇ ਜਿਹੜੇ ਤਾਂ ਸਾਰੇ ਅੰਨੇ ਬੋਲੇ ਹੋ ਚੁੱਕੇ, ਚਾਹੇ ਅਕਾਲੀ ਚਾਹੇ ਕਾਂਗਰਸ ਚਾਹੇ ਕੋਈ ਹੋਰ ਵੀ ਹੈ, ਇਹਨਾਂ ਕਿਸੇ ਨੇ ਨੀ ਬੋਲਣਾ, ਰਵਾਇਤੀ ਪਾਰਟੀਆਂ। ਜੀ ਜੀ ਜੀ। ਦੂਸਰੀ ਗੱਲ ਇਹ ਆ ਕਿ ਉੱਥੇ ਆਜ਼ਾਦ ਹੁਣ ਐਮ ਪੀ ਕੋਈ ਵੀ ਖੜ ਜਾਏ ਉਹਨੂੰ ਵੋਟ ਪਾ ਦਿਓ, ਰਵਾਇਤੀ ਪਾਰਟੀ ਨੂੰ ਕਿਸੇ ਨੂੰ ਵੀ ਵੋਟ ਨਾ ਪਾਓ, ਆਪਣੇ ਵੱਲੋਂ ਤੌਰ ਤੇ ਪੂਰਾ ਜ਼ੋਰ ਲਾਓ। ਤੀਸਰਾ ਜਿਹੜਾ ਇਹਨਾਂ ਦੇ ਬਜ਼ੁਰਗਾਂ ਨੇ ਤਾਂ ਪੰਜਾਬ ਦਾ ਰਾਜ ਖੁਸਾਇਆ, ਮਹਾਰਾਜਾ ਰਣਜੀਤ ਸਿੰਘ ਦਾ ਖਤਮ ਕਰਾਉਣ ਵਾਲੇ ਇਹਨਾਂ ਦੇ ਬਜ਼ੁਰਗੇ ਸਹੀ ਅੰਗਰੇਜ਼ਾਂ ਨੂੰ ਸਾਥ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਇਹਨੀ ਮੂੰਹ ਮੋਲਿਆ ਸੀ ਤੇ ਇਹਦਾ ਪਹਿਲਾਂ ਤਾਂ ਗਦਾਰੇ ਤੇ ਇਹਦੇ ਕੋਲੋਂ ਕੀ ਆਸ ਰੱਖਦੇ ਆ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਪ੍ਰੋਗਰਾਮ ਨੂੰ ਜਾਰੀ ਰੱਖਾਂਗਾ ਇਸੇ ਤਰ੍ਹਾਂ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ ਕਰੀਏ ਤੁਹਾਡੇ ਨਾਲ ਵਿਚਾਰਾਂ। ਹੈਲੋ ਰੈਡ ਸਾਹਿਬ, ਜੇ ਕਿਸੇ ਦਾ ਮਕਾਨ ਕੋਈ ਇਸ ਤਰ੍ਹਾਂ ਨਾਉਣ ਲੱਗਿਆ ਤਾਂ ਬੰਦਾ ਕੋਰਟ ਤਾਂ ਜਾ ਸਕਦਾ ਨਾ? ਜੀ, ਮਸਲਾ ਇਸ ਗੱਲ ਦਾ ਕਿ ਕੋਰਟ ਦੇ ਵਿੱਚ ਜਾ ਸਕਦਾ, ਕੋਰਟ ਦੀਆਂ ਤੁਹਾਨੂੰ ਪਤਾ ਕਿ ਤਰੀਕਾਂ, ਕਿਉਂਕਿ ਜਾਂ ਤਾਂ ਕੋਈ ਲੀਜ਼ ਜਾਂ ਕਿਰਾਏਦਾਰੀ ਦੀ ਗੱਲ ਹੀ ਨਹੀਂ ਹੈ, ਉਹਨਾਂ ਨੇ ਡਾਇਰੈਕਟ ਇਹ ਕਹਿ ਦਿੱਤਾ ਕਿ ਜਿਹੜਾ ਬੰਦਾ ਰਹਿ ਰਿਹਾ ਉਹਦੇ ਨਾਂ ਦੇ ਉੱਤੇ ਰਜਿਸਟਰੀ ਕਰ ਦਿੱਤੀ ਜਾਏਗੀ। ਉਹਨਾਂ ਨੇ ਉਹ ਕਹਿੰਦਾ ਜੀ ਉਹਨਾਂ ਦੇ ਨਾਂ ਤੇ ਰਜਿਸਟਰੀ ਕਰ ਦਿੱਤੀ ਜਾਏਗੀ, ਕਿਉਂਕਿ ਲਾਲ ਲੀਕ ਦੇ ਅੰਦਰ ਦੀਆਂ ਜਿਹੜੀਆਂ ਜਾਇਦਾਦਾਂ ਨੇ, ਚਾਹੇ ਤੁਸੀਂ 10 ਲੱਖ ਦੀ, ਚਾਹੇ 20 ਲੱਖ ਦੀ, ਚਾਹੇ 40 ਲੱਖ ਦੇ ਮਕਾਨ ਦੀ ਰਜਿਸਟਰੀ ਕਰਾਈ ਹੋਈ ਆ, ਬੇਸਿਕਲੀ ਉਹ ਨੰਬਰੀ ਜਾਇਦਾਦਾਂ ਨਹੀਂ ਹੈ, ਉਹ ਸਰਕਾਰ ਦੀਆਂ ਨੇ ਤੇ ਸਰਕਾਰ ਉਹਨਾਂ ਨੂੰ ਦੇ ਦੇਗੀ ਰਹਿਣ ਵਾਲਿਆਂ ਨੂੰ। ਇੰਡੀਵਿਜੂਅਲ ਦੇ ਨਾਲ ਮੀਟਰ ਲੱਗਿਆ ਹੋਇਆ, ਇਲੈਕਟ੍ਰਿਕ ਮੀਟਰ ਸ਼ੋਅ ਅਪ ਕਰਦਾ ਕਿ ਮੇਰੀ ਪ੍ਰਾਪਰਟੀ ਚ ਆ ਉਹ। ਜੀ ਇਲੈਕਸ਼ਨ ਆ ਗਈ ਹੈ, ਹੁਣ ਬੜਾ ਪ੍ਰਾਪੇਗੰਡਾ ਕਰਨਗੇ, ਕਿਉਂਕਿ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਉੱਥੋਂ ਦੀਆਂ, ਬਜਾਏ ਇਸ ਤੇ ਕਿ ਮੇਰਾ ਖਿਆਲ ਹੈ ਕਿ ਉਹ ਆਪਣੀਆਂ ਆਪਣੀਆਂ ਜਾਇਦਾਦਾਂ ਆਪਣੇ ਹਾਲ ਦੇ ਉੱਤੇ ਪਹਿਲਾਂ ਹੀ ਖਾਲੀ ਕਰਵਾ ਲੈਣੀਆਂ ਚਾਹੀਦੀਆਂ ਨੇ। ਸਭ ਤੋਂ ਬੈਟਰ ਇਹੀ ਹੈ, ਕਿਉਂਕਿ ਇੱਥੋਂ ਪ੍ਰਵਾਸ ਦੇ ਵਿੱਚੋਂ ਜਾ ਕੇ ਕਿੱਥੇ ਕੇਸ ਲੜਨਗੇ, ਨਵੇਂ ਕੰਡੇ ਬੀਜਣ ਜਾ ਰਿਹਾ ਕੈਪਟਨ। ਮਿਹਰਬਾਨੀ ਮਿਹਰਬਾਨੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਹਿਬ, ਮੈਂ ਬੋਲ ਰਿਹਾ ਜੀ। ਹਾਂਜੀ ਰਿਆਤ ਸਾਹਿਬ ਜੀ, ਅੱਜ ਦਾ ਮੁੰਡਾ ਬਹੁਤ ਵਧੀਆ ਤੁਹਾਡਾ ਜੀ ਸਰ, ਤੇ ਮੈਂ ਬਸ ਦੋ ਕੁ ਗੱਲਾਂ ਕਰਨੀਆਂ ਜੀ। ਤੁਸੀਂ ਦੱਸਿਆ ਵੀ ਕੈਪਟਨ ਸਾਹਿਬ ਉਹਨਾਂ ਨੇ ਇਹ ਲਿਆ ਬਣਾਇਆ ਵੀ ਲਾਅ ਜਿਹੜੇ ਜਿਹੜੇ ਵਿੱਚ ਰਹਿਣਗੇ ਉਹਨਾਂ ਦੇ ਕਬਜ਼ਾ ਜਿਹੜਾ ਹੈਗਾ ਉਹਨਾਂ ਦੇ ਨਾਂ ਕਰਤਾ ਜਾਏ। ਹਾਂਜੀ ਹਾਂਜੀ, ਪ੍ਰੈਕਟੀਕਲ ਸ਼ੁਰੂ ਕਰ ਦਿੱਤਾ ਜੀ, ਫਰਦਾਂ ਫੁਰਦਾਂ ਉਹਨਾਂ ਦੀਆਂ ਬਣਾਉਣੀਆਂ, ਜੋ ਵੀ ਰਿਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ। ਇਹ ਤਾਂ ਜੀ ਇਸ ਤਰ੍ਹਾਂ ਹੋਇਆ ਜੀ, ਜਿੱਦਾਂ ਆਪਣੇ ਇਹ ਸਿਰਫ ਆਮ ਤੌਰ ਦੇ ਉੱਤੇ 90% 80% NRIs ਦੀ ਪ੍ਰਭਾਵਿਤ ਹੋਣਗੇ ਜੀ। ਬਿਲਕੁਲ ਜੀ, 90% ਤੋਂ ਉੱਪਰ NRI ਪ੍ਰਭਾਵਿਤ ਹੋਣਗੇ। ਜਿਹੜਾ ਪੰਜਾਬ ਦੇ ਵਿੱਚ ਰਹਿ ਰਿਹਾ, ਆਪਣੇ ਘਰ 'ਚ ਰਹਿ ਰਿਹਾ, ਉਹਨ ਤਾਂ ਆਪਣਾ ਘਰ ਛੱਡਿਆ ਹੀ ਨਹੀਂ, ਇਹ ਜਿਹਨਾਂ ਦੇ ਖਾਲੀ ਹੈ, ਸਾਂਭ ਸੰਭਾਲ ਸਫਾਈ ਲਈ ਦਿੱਤੇ ਹੋਏ ਨੇ, ਉਹ ਪ੍ਰਭਾਵਿਤ ਹੋਣਗੇ। ਇਹ ਹੈ ਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੀ ਰਹਿ ਰਹੇ ਆ ਵਿੱਚ, ਜਾਂ ਕੋਈ ਤੁਹਾਡੇ ਦੋਸਤ ਮਿੱਤਰ ਹੀ ਰਹਿ ਰਹੇ ਆ, ਉਹਨਾਂ ਦੇ ਨਾਲ ਇੱਕ ਤਰ੍ਹਾਂ ਦੇ ਸਿੰਘ ਪਸਾ ਦਿੱਤੇ ਆ। ਨਹੀਂ, ਜਿਹੜੇ ਬੰਦੇ ਉਹਨਾਂ ਦੇ ਵਿੱਚੋਂ 50% ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਨੀਅਤ ਸਾਫ਼ ਹੈ ਕਿ ਨਹੀਂ ਅਸੀਂ ਤਾਂ ਭਾਈ ਉਹਨਾਂ ਦੀ ਅਮਾਨਤ ਹੈ ਉਹਦੇ ਵਿੱਚ ਰਹਿ ਰਹੇ ਹਾਂ, ਅਸੀਂ ਨਹੀਂ ਇਹ ਗੱਲ ਹੋਣ ਦੇਣੀ, ਔਰ ਲੋਕ ਉਹਨਾਂ ਨੂੰ ਵੀ ਕੱਢਣ ਵਾਸਤੇ ਮਜਬੂਰ ਹੋਣਗੇ, ਰਿਸ਼ਤਿਆਂ ਦੇ ਵਿੱਚ ਕੁੜੱਤਨ ਜਿਹੜੀ ਹੈ ਉਧਰ ਵੀ ਆਏਗੀ। ਜਿਹੜੇ ਜਾਣਗੇ ਵਿਚਾਰੇ, ਜਿਹੜੇ ਉੱਥੇ ਕੋਈ ਗਰੀਬ ਆ ਵਿਚਾਰਾ, ਕੋਈ ਵਿਚਾਰਾ ਕਰਨ ਵਾਲਾ ਬੰਦਾ ਆ, ਘਰ ਦੇ ਵਿੱਚ ਸਾਫ਼ ਸਫਾਈ ਲਈ ਰੱਖਿਆ ਸੀਗਾ ਆਪਾਂ ਸਾਰੇ NRI ਦੇ ਇੱਧਰ, ਬਿਲਕੁਲ ਬਿਲਕੁਲ ਰਗੜੇ ਜਾਣੇ ਵਿਚਾਰੇ, ਉਹ ਰਗੜੇ ਜਾਣਗੇ ਜੀ, ਰਗੜੇ ਜਾਣਗੇ, ਬਿਲਕੁਲ ਬਿਲਕੁਲ। ਮਿਹਰਬਾਨੀ ਭਾਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਸ ਵਿਸ਼ੇ ਦੇ ਉੱਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com ਔਰ info@justbroadcasting.com ਦੇ ਉੱਤੇ। ਕੱਲ ਨਵੇਂ ਵਿਸ਼ੇ ਦੇ ਉੱਤੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗਾ, ਔਰ ਇਸ ਅੱਜ ਦੇ ਵਿਸ਼ੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਅੱਜ ਦੀ ਇਸ ਇਨਫੋਰਮੇਟਿਵ ਪ੍ਰੋਗਰਾਮ ਨੂੰ ਜਿਹੜਾ ਉਹ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰੋ। ਸੋ ਈਮੇਲ ਮੀ riyad@justbroadcasting.com ਔਰ info@justbroadcasting.com। ਕੱਲ੍ਹ ਮਿਲਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਇੱਥੇ ਇਜਾਜ਼ਤ ਦਿਓ। ਰੱਬ ਰਾਖਾ, ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।